ਇਸ ਪਵਿੱਤਰ ਦਿਹਾੜੇ ਦੀ ਪ੍ਰਕਾਸ਼ ਜੈਤੀ ਦੀ ਮੁਬਾਰਕਬਾਦ ਹੋਵੇ, ਵਧਾਈ ਹੋਵੇ। ਸੰਗਤ ਸ਼ਹੀਦਾਂ ਦੀ ਜੀ ਨੂੰ ਗੁਰੂ ਜੀ ਉਸ ਪਾਸੇ ਜਿਸ ਮੇਲੇ ਦੇ ਵਿੱਚ ਆਪਾਂ ਜੇ ਇਕੱਠੇ ਹੋਏ ਹਾਂ ਉਹਦੇ ਬਾਰੇ ਮੈਂ ਥੋੜ੍ਹਾ ਜਿਹਾ ਚਾਹੁੰਦਾ ਪੰਜ ਮਿੰਟ ਹੋ ਗਏ ਮੇਰੇ ਕੋਲੇ ਆਪਣੀ ਕੋਲ ਆਏ ਹੈ ਕੁਲਵੰਤ ਭਾਈ ਨੂੰ ਬਾਅਦ ਅੱਜ ਜੋ ਸੇਵਾ ਕਰ ਰਹੇ ਹੈ ਇਸ ਮੰਦਰ ਦੀ, ਇਸ ਡੇਰੇ ਦੀ, ਇਸ ਜਗ੍ਹਾ ਦੀ, ਬਾਬਾ ਬ੍ਰਹਸਪਤੀ ਨਾਥ ਜੀ ਦੇ ਪੁੱਤਰ ਇਸ ਮੰਦਰ ਦੇ ਸੇਵਾਦਾਰ ਵਿਕਰਮਾ ਆਦਿਤਿਆ ਨਾਥ ਜੀ ਤੇ ਸਾਡੇ ਮਾਤਾ ਜੀ ਸੁਮੇਸ਼ ਨੰਦਰੀ ਜੀ, ਅਸੀਂ ਵੱਡਿਆਂ ਨੂੰ ਪ੍ਰਣਾਮ ਕਰਦੇ ਹਾਂ। ਸੋ ਆਓ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਚੰਦ ਮਿੰਟਾਂ ਦੇ ਵਿੱਚ ਮੈਂ ਉਹ ਸਵਾਈ ਨੂੰ ਤੁਹਾਡੇ ਨੂੰ ਪੇਸ਼ ਕਰਾਂਗਾ ਜਿਸ ਆਵਾਜ਼ ਨੂੰ ਤੁਸੀਂ ਸੁਣਨ ਵਾਸਤੇ ਬਹੁਤ ਉਤਾਵਲੇ ਹੋ। ਪੰਜਾਬੀ ਗਾਇਕੀ ਦਾ ਮਾਣ, ਪੰਜਾਬੀ ਵਿਰਸੇ ਦਾ ਮਾਣ, ਪੰਜਾਬੀ ਸੱਭਿਆਚਾਰ ਦਾ ਮਾਣ, ਪੰਜਾਬੀ ਫਿਲਮਾਂ ਦੇ ਐਕਟਰ ਡਾਇਰੈਕਟਰ ਸੰਗੀਤਕਾਰ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਜੀ, ਤਾੜੀਆਂ ਨਾਲ ਲਾਓ ਤੁਹਾਨੂੰ ਤਾੜੀਆਂ ਹੱਥ ਖੜੇ ਕਰਕੇ ਜ਼ੋਰਦਾਰ ਸੁਣਾਓ। ਮੈਂ ਕੁਲਵੰਤ ਭਾਈ ਦੇ ਕਹਿਣ ਤੇ ਹੈਲੋ ਇਹ ਗੁੰਮ ਜੀ ਹੈ ਥੋੜ੍ਹਾ ਜਿਹਾ ਬਣਾ ਲਓ ਜੀ। ਹੈਲੋ ਹਮ ਜੀ ਆ ਰਹੀ ਹੈ ਥੋੜ੍ਹਾ ਜਿਹਾ ਸੈੱਟ ਕਰ ਲਓ ਭਾਜੀ ਹਮ ਬਣਾਵੇ ਹੈ ਬਿਲਕੁਲ ਇੱਕ ਜਗ੍ਹਾ ਤੇ ਹੁਣ ਟਾਈਮ ਹੈ ਫਿਰ ਆਪਾਂ ਵਿੱਚ ਦੀ ਟੀ ਵੀ ਲੱਗਣਾ ਬਹੁਤ ਵਧੀਆ। ਮੈਂ ਕੁਲਵੰਤ ਭਾਈ ਦੇ ਕਹਿਣ ਤੇ ਸਾਡੇ ਗੈਸਟ ਕਲਾਕਾਰ ਨੇ ਇੱਕ ਆਈਟਮ ਦੇ ਨਾਲ ਹਾਜ਼ਰੀ ਲਾਉਣਗੇ ਉਸ ਤੋਂ ਬਾਅਦ ਫਿਰ
ਅਗਲਾ ਪ੍ਰੋਗਰਾਮ ਤੁਹਾਡੇ ਰੂਪ ਨੂੰ ਪੇਸ਼ ਕਰਾਂਗਾ ਕੁਲਜੀਤ ਬਾਈ ਜੀ। ਹੈਲੋ, ਪਿਛਲੇ ਮਿੰਟਾਂ ਦੀ ਆਵਾਜ਼ ਖੋਲ ਦਿਓ ਇਹਨਾਂ ਟੌਪ ਦੀ। ਹਾਂਜੀ ਹਾਂਜੀ, ਪਰਮ ਸਤਿਕਾਰਯੋਗ ਗੁਰੂ ਦੀ ਪਿਆਰੀ ਸਾਧ ਸੰਗਤ, ਜਿੰਨੀ ਵੀ ਸੰਗਤ ਇਸ ਨਗਰ ਦੀ ਹੈ ਔਰ ਗੁਆਂਢੀ ਪਿੰਡਾਂ ਦੀ ਵੀ ਸਮੂਹ ਸੰਗਤ ਹੈ, ਦੂਰ ਦੁਰੇਡੇ ਤੋਂ ਇਕੱਤਰਿਤ ਹੋਈ ਸੰਗਤ ਇਸ ਮੇਲੇ ਦੇ ਵਿੱਚ ਪਹੁੰਚੀ ਹੈ, ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦੇ ਹਾਂ। ਸਤਿਗੁਰੂ ਰਵਿਦਾਸ ਮਹਾਰਾਜ ਜੀ, ਜਿਨ੍ਹਾਂ ਦਾ ਪੂਰੇ ਵਰਲਡ ਦੇ ਵਿੱਚ ਗੁਰਪੁਰਬ ਮਨਾਇਆ ਜਾ ਰਿਹਾ ਹੈ। ਜੋ ਬੋਲੇ ਸੌ ਨਿਰਪ ਹੈ, ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਸੋ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦੇ ਹਾਂ ਸਾਡੇ ਕੁਲਵੰਤ ਵੀਰ ਜੀ, ਸਾਰੇ ਕਮੇਟੀ ਮੈਂਬਰ ਵੀਰ ਔਰ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਪੂਰਵਕ ਇਹ ਸਮਾਗਮ ਕਰਾਇਆ ਜਾਂਦਾ ਹੈ। ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੋ ਹਾਜ਼ਰੀ ਆਪ ਸਭ ਦੇ ਘਰਾਂ ਦੇ ਵਿੱਚ। ਹੋਰ ਸਾਨੂੰ ਚਾਹੀਦਾ ਹੈ ਕੀ ਮਾਲਕਾ, ਹੋਰ ਸਾਨੂੰ ਚਾਹੀਦਾ ਹੈ ਕੀ ਮਾਲਕਾ, ਉਹ ਸਾਡਾ ਤੇਰੇ ਬਿਨਾ, ਸਾਡਾ ਤੇਰੇ ਬਿਨਾ ਲੱਗਦਾ ਨੀ ਜੀ ਮਾਲਕਾ ਜੀ, ਸਾਡਾ ਤੇਰੇ ਬਿਨਾ। ਹਾਂਜੀ, ਹਰ ਵੇਲੇ ਅਸੀਂ ਤੇਰਾ ਨਾਮ ਮੰਨਦੇ ਆਏ ਜੀ, ਹਰ ਵੇਲੇ ਅਸੀਂ ਤੇਰਾ ਨਾਮ ਮੰਨਦੇ ਆਏ ਜੀ, ਸੁਬਹ ਉੱਠ ਬਾਬਾ ਤੇਰੀ ਹਾਜ਼ਰੀ ਲਗਾਈਏ ਜੀ, ਹਰ ਵੇਲੇ ਅਸੀਂ ਤੇਰਾ ਨਾਮ ਮੰਨਦੇ ਆਏ ਜੀ, ਸੁਬਹ ਉੱਠ ਬਾਬਾ ਤੇਰੀ ਹਾਜ਼ਰੀ ਲਗਾਈਏ ਜੀ, ਹੋਰ ਸਾਨੂੰ ਚਾਹੀਦਾ ਹੈ ਕੀ ਮਾਲਕਾ, ਹੋਰ ਸਾਨੂੰ ਚਾਹੀਦਾ ਹੈ ਕੀ ਮਾਲਕਾ, ਸਾਡਾ ਤੇਰੇ ਬਿਨਾ, ਹੋਰ ਸਾਨੂੰ ਚਾਹੀਦਾ ਕੀ ਮਾਲਕਾ, ਹੋਰ ਸਾਨੂੰ ਚਾਹੀਦਾ ਕੀ
ਪਿਆਰ ਕਰਦਾ ਪਿਆਰ ਕਰਦਾ ਪਿਆਰ ਕਰਦਾ
ਛੋਟੀ ਜੀ ਹਾਜ਼ਰੀ, ਛੋਟੀ ਜੀ ਮੈਂ ਸਾਈਡ ਦਿੰਦਾ ਥੋੜ੍ਹਾ ਜੀ। ਮੇਲਾ ਮੇਲੀਆਂ ਦਾ ਯਾਰਾ ਬੇਲੀਆਂ ਦਾ ਮੇਲਾ ਮੇਲੀਆਂ ਦਾ ਯਾਰਾ ਬੇਲੀਆਂ ਦਾ ਉਹ ਰਾਜਾ ਭਾਈਆਂ ਨੂੰ ਛੱਡ ਫਕੀਰ ਹੋਇਆ ਤੇ ਹੀਰ ਛੱਡ ਗਈ ਪੂਰ ਸਾਲੀਆਂ ਇੱਕ ਦਿਨ ਅਸਾਂ ਪਰਦੇਸੀਆਂ ਨੇ ਤੁਰ ਜਾਣਾ ਮਾਰ ਕੇ ਦੁਨੀਆਂ ਛਾਰ ਦਿਨਾਂ ਦਾ ਮੇਲਾ ਉਹ ਜ਼ਿੰਦਗੀ ਨੇ ਮੁੱਕ ਜਾਣਾ ਪਾਈ ਸਿਰੇ ਚਬੇਲਾ ਦੁਨੀਆਂ ਚਾਰ ਦਿਨਾਂ ਦਾ ਮੇਲਾ ਜ਼ਿੰਦਗੀ ਨੇ ਮੁੱਕ ਜਾਣਾ ਆਪਣੀ ਬੁਲੰਦ ਆਵਾਜ਼ ਨਾਲ ਖਿਦਮਤ ਕਰਦੀ ਆ ਰਹੀ ਹੈ ਸ਼੍ਰੋਮਣੀ ਗਾਇਕ ਸੁਰਿੰਦਰ ਚੰਦਾ ਜੀ। ਉਹਨਾਂ ਦੇ ਸ਼ਾਗਿਰਦ ਜਿਸਦਾ ਕਿ ਅਮਰ ਸਿੰਘ ਚਮਕੀਲਾ, ਉਹਨਾਂ ਨੇ ਉਸਤਾਦ ਦਾ ਨਾਂ ਕੋਲ ਦੁਨੀਆਂ ਦੇ ਵਿੱਚ ਰੋਸ਼ਨ ਕੀਤਾ ਹੈ। ਉਸੇ ਪੀੜ੍ਹੀ 'ਤੇ ਚੱਲਦਾ ਹੋਇਆ, ਉਸੇ ਨਕਸ਼ੇ ਕਦਮ 'ਤੇ ਚੱਲਦਾ ਹੋਇਆ ਉਹਨਾਂ ਦਾ ਸ਼ਾਗਿਰਦ ਗੋਲਡੀ ਚੌਹਾਨ
ਹੁਣ ਬੇਨਤੀ ਕਰਾਂਗਾ ਗੋਲੀ ਚੌਹਾਨ ਇੱਕ ਆਪਣੀ ਹਾਜ਼ਰੀ ਲੈ ਕੇ, ਉਸ ਤੋਂ ਬਾਅਦ ਸੁਰਿੰਦਰ ਛੱਡਾ ਜੀ ਤਾੜੀਆਂ ਲਾ ਲੈ ਜ਼ੋਰਦਾਰ ਖੜਕੇ, ਗੋਲੀ ਚੌਹਾਨ ਜੀ ਆ ਜਾਓ। Hello, 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 hello. ਸਭ ਤੋਂ ਪਹਿਲਾਂ ਸਾਊਂਡ ਸੈੱਟ ਕਰ ਲਓ। ਮੈਂ ਕਹਿਣ ਲੱਗਿਆ ਸੀ ਕਿ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਜਿਹਦੀ ਰੱਗ 'ਚ ਫਤਿਹ ਉਹਦੀ ਜੱਗ 'ਚ ਫਤਿਹ। ਹੈਲੋ 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 ਹਾਂਜੀ। ਸੋ ਇਸ ਤੋਂ ਬਾਅਦ ਉਸਤਾਦ ਸਾਹਿਬ ਜਨਾਬ ਸੁਰਿੰਦਰ ਛੱਡਾ ਜੀ ਆਪਣੀ ਹਾਜ਼ਰੀ ਲੈ ਕੇ ਮੰਚ 'ਤੇ ਹਾਜ਼ਰ ਹੋਣਗੇ। ਸੋ ਇਹ ਗੀਤ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ। ਮੈਨੂੰ ਕੁਝ ਵੀ ਨਹੀਂ ਲੁਕਾਇਆ ਮੇਰੇ ਮਾਲਕ ਨੇ। ਹਾਂਜੀ ਮੇਰੇ ਹਿੱਸੇ ਦਾ ਮਿਲ ਗਿਆ ਸੁਖ ਤੇ ਮਾਣ ਜੋ ਫਿਰ ਹੱਥੋਂ ਵੱਧ ਕੇ ਖੁਸ਼ੀ ਤੇ ਅਧਿਕਾਰ ਕਿਉਂ ਕਰ ਮੇਰੇ ਹਿੱਸੇ ਦਾ ਮਿਲ ਗਿਆ ਦੁੱਖ ਸੁਖ ਤੇ ਮਾਣ ਜੋ ਫਿਰ ਹੱਥੋਂ ਵੱਧ ਕੇ ਖੁਸ਼ੀ ਦੇ ਅਧਿਕਾਰ ਕਿਉਂ ਕਰਾਂ ਮੈਂ ਜੋ ਵੀ ਹਾਂ ਜਿੱਥੇ ਵੀ ਹਾਂ ਖੁਸ਼ ਹਾਂ ਮਾਲਕਾ ਤੇਰੇ ਦਰ ਤੇ ਜਾ ਕੇ ਮੰਗ ਵਾਰੀ ਵਾਰੀ ਕਿਉਂ ਕਰਾਂ ਪੰਜਾਬੀ ਗਾਇਕੀ ਦੇ ਸੋ ਸਮਰਾਟ ਬੰਬੀ ਫਿਲਮਾਂ ਦੇ ਐਕਟਰ ਡਾਇਰੈਕਟਰ ਸੰਗੀਤਕਾਰ ਸ਼੍ਰੋਮਣੀ ਗਾਇਕ ਸੁਰਿੰਦਰ ਛੱਡਾ ਜੀ ਜੋ ਕਿ ਸਟੇਜ 'ਤੇ ਆ ਚੁੱਕੇ ਨੇ, ਮੈਂ ਬੇਨਤੀ ਕਰਾਂਗਾ ਜਦੋਂ ਸਟੇਜ 'ਤੇ ਆ ਜਾਣ ਹੱਥ ਖੜੇ ਕਰਕੇ ਜ਼ੋਰਦਾਰ
ਤਾੜੀਆਂ, ਜ਼ੋਰਦਾਰ ਤਾੜੀਆਂ। 45 ਸਾਲ ਗਾਇਕੀ ਦੇ ਖੇਤਰ ਦੇ ਵਿੱਚ ਰਹਿ ਕੇ ਨੰਬਰ 1 ਦਾ ਖਿਤਾਬ ਹਾਸਲ ਕਰਨਾ ਕਿਸੇ ਆਮ ਕਲਾਕਾਰ ਦੇ ਬਸ ਦਾ ਰੋਲ ਨਹੀਂ ਹੈ। ਦੂਸਰੀ ਗੱਲ ਇਹ ਹੈ ਕਿ ਪ੍ਰੋਗਰਾਮ ਸਾਰਾ ਲਾਈਵ ਚੱਲ ਰਿਹਾ ਅੱਜ, ਇਹ ਕੁੱਲ ਦੁਨੀਆ ਦੇ ਵਿੱਚ ਚੱਲ ਰਿਹਾ ਪ੍ਰੋਗਰਾਮ, ਤੇ ਅੱਜ ਲਾਈਵ ਹੈ ਤੇ ਭਾਜੀ ਥੋੜਾ ਜਿਹਾ ਵਿਸ਼ਵ ਦਾ ਖਿਆਲ ਰੱਖਿਓ, ਬਾਕੀ ਸਭ ਠੀਕ ਹੈ ਕਿਉਂਕਿ ਲਾਈਵ ਚੱਲ ਰਿਹਾ। ਆਓ ਜੀ ਗੋਲੀ ਚੌਹਾਨ ਜੀ, ਥੈਂਕ ਯੂ। ਮੇਰੇ ਹਿੱਸੇ ਦਾ ਮਿਲ ਗਿਆ ਦੁੱਖ ਸੁੱਖ ਤੇ ਮਾਣ ਜੋ, ਫਿਰ ਹੱਥੋਂ ਵੱਧ ਕੇ ਖੁਸ਼ੀ ਦੇ ਅਧਿਕਾਰ ਕਿਉਂ ਕਰਾਂ। ਮੈਂ ਜੋ ਵੀ ਹਾਂ ਜਿੱਥੇ ਵੀ ਹਾਂ ਖੁਸ਼ ਹਾਂ ਮਾਲਿਕਾ, ਤੇਰੇ ਦਰ ਤੇ ਜਾ ਕੇ ਮੰਗ ਵਾਰੀ ਵਾਰੀ ਕਿਉਂ ਕਰਾਂ। ਕੋਈ ਨਾ ਜਾਣੇ ਰੰਗ ਮਾਲਿਕ ਦੇ ਇਹ ਕੀ ਤੋਂ ਕੀ ਕਰ ਜਾਵੇ, ਰਾਜੇ ਨੂੰ ਇਹ ਕਰਦਾ ਮੰਗਦਾ ਤੇ ਮੰਗਦਾ ਤਖਤ ਬਿਠਾਵੇ। ਖਾਕ ਜਿੰਨੀ ਔਕਾਤ ਨਾ ਮੇਰੀ ਮੈਥੋਂ ਉੱਤੇ ਜੱਗ ਸਾਰਾ, ਨਾ ਹੀ ਮੇਰੇ ਵਿੱਚ ਗੁਣ ਕੋਈ ਮੇਰਾ ਦਾਤਾ ਹੀ ਬਖਸ਼ਣ ਹਾਰਾ। ਬੋਲਣ ਲਈ ਜ਼ੁਬਾਨ ਬਖਸ਼ਦੀ, ਅੱਖੀਆਂ ਇੱਜ਼ਤ ਆਣ ਬਖਸ਼ਦੀ। ਸੰਗੀਤ ਕਹਿਣ ਜਾ ਰਹੇ ਹਾਂ ਕਿ ਮੈਥੋਂ ਕੁਝ ਵੀ ਨਹੀਂ ਲੁਕੋਇਆ ਮੇਰੇ ਮਾਲਕ ਨੇ, ਹਾਂਜੀ ਮੈਥੋਂ ਕੁਝ ਵੀ ਨਹੀਂ ਲੁਕੋਇਆ ਮੇਰੇ ਮਾਲਕ ਨੇ, ਮੈਨੂੰ ਕੁਝ ਵੀ ਨਹੀਂ ਸਿੱਖੀਆਂ ਲੋਰੀਆਂ ਦੇਣ ਦਾ
ਮੇਰੇ ਮਾਲਕ ਨੇ, ਮੇਰੇ ਤੋਂ ਕੁਝ ਵੀ ਨਹੀਂ ਲੁਕੋਇਆ ਮੇਰੇ ਮਾਲਕ ਨੇ।
ਉਸ ਮਾਲਕ ਦੀ ਇਬਾਦਤ ਕਰੀ ਨਾ ਸਾਰਾ ਕੁਝ ਮਿਲ ਜਾਂਦਾ, ਬੰਦਾ ਕਦੇ ਵੀ ਖਾਲੀ ਨਹੀਂ ਰਹਿੰਦਾ। ਸੋ ਆਓ ਤੁਹਾਡੇ ਇੰਤਜ਼ਾਰ ਨੂੰ ਖਤਮ ਕਰਾਂ। ਜਿਸ ਆਵਾਜ਼ ਦਾ ਤੁਸੀਂ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਹੋ, ਉਸ ਆਵਾਜ਼ ਨੂੰ ਮੈਂ ਤੁਹਾਡੇ ਰੂਹ ਨੂੰ ਪੇਸ਼ ਕਰ ਜਾ ਰਿਹਾ। ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਸ਼ੁਕਰੀਆ ਅਦਾ ਕਰਾਂਗਾ। ਭਾਅ ਜੀ ਸਾਰੇ ਨਾਂ ਨੇ ਜਿਹੜੇ ਇਹ ਬਾਹਰ ਪਹੁੰਚਣੇ ਚਾਹੀਦੇ ਆ, ਕਿਉਂਕਿ ਮੇਲੇ ਦੇ ਵਿੱਚ ਬਹੁਤ ਵੱਡਾ ਸਹਿਯੋਗ ਹੈ। ਸਰਦਾਰ ਬਹਾਦਰ ਸਾਹਿਬ, ਪਿਆਰਾ ਸਿੰਘ ਜੀ ਲੰਬੜਦਾਰ ਸਾਹਿਬ, ਕੁਲਦੀਪ ਕੌਰ ਸਰਪੰਚ, ਔਰ ਜਸਵੀਰ ਸਿੰਘ ਜੀ ਖੱਖ, ਕੁਲਵੰਤ ਸਿੰਘ ਜੀ ਅਨਾਇਤ ਸਾਹਿਬ, ਜੋਗਿੰਦਰ ਸਿੰਘ ਜੀ ਸਿੱਧੂ ਸਾਹਿਬ, ਤਰਲੋਚਨ ਸਿੰਘ ਜੀ ਸਿੱਧੂ ਸਾਹਿਬ, ਸੁਰਜੀਤ ਸਿੰਘ ਜੀ ਤੇ ਗਿਆਨ ਚੰਦ ਜੀ, ਮੈਂ ਤਹਿ ਦਿਲ ਤੋਂ ਸ਼ੁਕਰ ਅਦਾ ਕਰਾਂਗਾ ਕਮੇਟੀ ਮੈਂਬਰਾਂ ਦਾ। ਇਸ ਤੋਂ ਇਲਾਵਾ ਸੱਤ ਸਮੁੰਦਰ ਪਾਰ ਬੈਠੇ ਸਾਡੇ ਪੰਜਾਬੀ NRI ਵੀ, ਜਿਨ੍ਹਾਂ ਦਾ ਇਸ ਮੇਲੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਸਭ ਤੋਂ ਪਹਿਲਾਂ ਮੈਂ ਸੁਰਿੰਦਰ ਛਿੱਲਾ ਜੀ ਵੱਲੋਂ ਬਾਹਰ ਬੈਠੇ ਪ੍ਰਵਾਸੀ ਵੀਰਾਂ ਦਾ ਧੰਨਵਾਦ ਕਰਾਂਗਾ, ਸ਼ੁਕਰ ਅਦਾ ਕਰਾਂਗਾ ਜਿਨ੍ਹਾਂ ਨੇ ਇਸ ਮੇਲੇ ਦੇ ਵਿੱਚ ਯੋਗਦਾਨ ਪਾਇਆ। ਸਭ ਤੋਂ ਪਹਿਲਾਂ NRI ਵੀਰਾਂ ਦਾ ਨਾਂ ਜੀ ਸਰਦਾਰ ਬਲਵਿੰਦਰ ਸਿੰਘ ਜੀ ਰਾਏ ਸਾਹਿਬ ਕੈਨੇਡਾ ਤੋਂ, ਕੁਲਦੀਪ ਸਿੰਘ ਜੀ ਸਿੱਧੂ ਸਾਹਿਬ ਕੈਨੇਡਾ ਤੋਂ, ਹਰਨੇਕ ਸਿੰਘ ਜੀ ਸਿੱਧੂ ਸਾਹਿਬ ਕੈਨੇਡਾ ਤੋਂ, ਅਮਰਜੀਤ ਸਿੰਘ ਜੀ ਖੱਖ UK ਤੋਂ, ਸੁਰਜੀਤ ਸਿੰਘ ਜੀ ਖੱਖ USA ਤੋਂ, ਸੁਰਜੀਤ ਸਿੰਘ ਜੀ ਸਿੱਧੂ UAE ਤੋਂ, ਔਰ ਸ਼ਿਵ ਕੁਮਾਰ ਜੀ ਭੁੱਲਰ ਸਾਹਿਬ ਇਟਲੀ ਤੋਂ, ਤੀਰਥ ਸਿੰਘ ਜੀ ਸਿੱਧੂ ਸਾਹਿਬ ਕੈਨੇਡਾ, ਨਿਰਮਲ ਸਿੰਘ ਜੀ ਸਿੱਧੂ ਸਾਹਿਬ, ਬਲਵੀਰ ਸਿੰਘ ਜੀ ਮਨੀਲਾ, ਪਰਮਜੀਤ ਸਿੰਘ ਜੀ UK ਔਰ ਹਰਨੇਕ ਸਿੰਘ ਜੀ UK। ਇਹਨਾਂ ਸਾਰੇ ਪ੍ਰਵਾਸੀ ਵੀਰਾਂ ਦੇ ਨਾਲ ਦੀਆਂ ਹੱਥ ਖੜੇ ਕਰਕੇ ਤਾੜੀਆਂ ਲਾ ਦਿਓ, ਪਰਮਾਤਮਾ ਇਹਨਾਂ ਨੂੰ ਹਮੇਸ਼ਾ ਵਾਸਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ। ਸੋ ਆਓ ਬਹੁਤ ਹੀ ਅਗਲਾ ਨਾ ਕਰਦਾ ਹੋਇਆ ਕੁਲਵੰਤ ਭਾਜੀ ਛਿੰਦਾ ਜੀ ਦੀ ਗਾਇਕੀ ਵਾਲੇ ਚਾਰ ਲੈਣਾ ਤੁਹਾਡੇ ਰੂਹ ਪੇਸ਼ ਕਰ ਲੱਗਿਆ। 45 ਸਾਲ ਦਾ ਸਫ਼ਰ ਗਾਇਕੀ ਦਾ, ਸ਼ਿਵ ਰਾਮ ਜੀ ਕੈਨੇਡੀਆ BSF, ਵਾਹ ਤਾੜੀ ਨਾਲ ਉਹਨੇ ਨਾਂ ਦੀਆਂ ਤਿਆਰ ਵਿੱਚ ਸ਼ੁਕਰੀਆ ਕਰਾਂਗਾ। ਜੀ ਹਾਂ, 45 ਸਾਲ ਦਾ ਗਾਇਕੀ ਦਾ ਸਫ਼ਰ ਤੁਹਾਡੇ ਰੂਹ ਨੂੰ ਪੇਸ਼ ਕਰ ਲੱਗਿਆ ਕਿ 45 ਸਾਲ ਪਹਿਲਾਂ ਵਾਲੀ ਆਪਣੀ ਆਵਾਜ਼ ਲੈ ਕੇ, 45 ਸਾਲ ਪਹਿਲਾਂ ਵਾਲੀ ਆਪਣੀ ਆਵਾਜ਼ ਲੈ ਕੇ, ਨਵੇਂ ਤੇ ਪੁਰਾਣੇ ਗਾਏ ਗੀਤਾਂ ਦਾ ਅੰਦਾਜ਼ ਲੈ ਕੇ, ਵਿਰਸੇ ਦੇ ਨਾਲ ਜੁੜੇ ਸੋਹਣੇ ਸੋਹਣੇ ਸਾਜ਼ ਲੈ ਕੇ, ਸ਼੍ਰੋਮਣੀ ਗਾਇਕੀ ਦਾ ਜਿਨ੍ਹਾਂ ਨੂੰ ਮਿਲਿਆ ਅਵਾਰਡ ਜੀ, ਦੌਰ ਪੰਜਾਬ ਦਾ ਤੇ ਸੁਰ ਸਮਰਾਟ ਜੀ। ਕਹਿੰਦੇ ਨੇ ਮਿਹਨਤੀ ਬੰਦੇ ਨੂੰ ਰੱਬ ਭਾਗ ਲਾ ਦਿੰਦਾ ਏ, ਤਾਂ ਐਸੀ ਹੀ ਮਿਸਾਲ ਤੁਹਾਡਾ ਆਪਣਾ ਬਾਈ ਚੱਲਦਾ ਏ। ਤਾੜੀਆਂ ਨਾਲ ਗੱਡ ਕੇ ਜੋਰ ਦਾ ਇੱਕ ਵਾਰ ਮਾਈਕ ਦੇ ਹਵਾਲੇ ਕਰ ਜਾ ਰਿਹਾ, ਟਾਈਮ ਨੂੰ ਮੱਦੇ ਨੇ ਰੱਖਦੇ ਹੋਏ ਜਿੰਨਾ ਮੈਂ ਕਵਿਤਾ ਪੇਸ਼ ਕਰਨਾ ਜੀ ਆ, ਸ਼੍ਰੋਮਣੀ ਗਾਇਕ ਸੁਰਿੰਦਰ ਛਿੱਲਾ ਜੀ। ਸਭ ਤੋਂ ਪਹਿਲਾਂ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੜੀ ਖੁਸ਼ੀ ਦੀ ਗੱਲ ਹੈ ਔਰ ਮਾਣ ਮੱਤੇ ਦੀ ਗੱਲ ਹੈ ਕਿ ਅੱਜ ਇਸ ਨਗਰ ਵਿਖੇ ਜਿਸ ਦਿਨ
ਗੁਰੂ ਰਵਿਦਾਸ ਜੀ ਮਹਾਰਾਜ ਦਾ ਪਾਵਨ ਪਵਿੱਤਰ ਦਿਹਾੜਾ ਕੁੱਲ ਵਰਲਡ ਚ ਮਨਾਇਆ ਜਾ ਉਹ ਦਿਨ ਸਾਨੂੰ ਖੁਸ਼ੀ ਹੈ ਕਿ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹਾਂ। ਸ਼੍ਰੀ ਵਿਕਰਮਾਦਿੱਤਯ ਨਾਥ ਜੀ, ਸੁਮੇਸ਼ ਨੰਦਨੀ ਜੀ, ਸੋ ਇਸ ਤੋਂ ਇਲਾਵਾ ਸਮੂਹ NRI ਚਾਹੇ ਕੈਨੇਡਾ, ਅਮੈਰੀਕਾ, ਇੰਗਲੈਂਡ ਜਿੱਥੇ ਵੀ ਨੇ, ਉਹਨਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਹੋ ਰਿਹਾ ਹੈ। ਕੁਲਵੰਤ ਜੀ ਹੋਰੀ ਪੂਰੀ ਕਮੇਟੀ ਦਾ ਸੱਦਿਆ ਹੋਇਆ ਮੈਂ ਪਿਆਰ ਦਾ ਬੰਨਿਆ ਤੁਹਾਡੇ ਚਰਨਾਂ 'ਚ ਖੜਾ ਹਾਂ। ਇਹ ਧਰਤੀ ਪੀਰਾਂ ਫਕੀਰਾਂ ਔਲੀਆਂ ਦੀ ਧਰਤੀ ਹੈ। ਸਭ ਤੋਂ ਪਹਿਲਾਂ ਤਾਂ ਗੁਰੂ ਘਰ ਮੈਂ ਪ੍ਰਣਾਮ ਕਰਦਾ, ਫਤਿਹ ਬੁਲਾਈ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਨਕੋਦਰ ਦਾਦਾ ਮੁਰਾਦ ਸ਼ਾਹ ਜੀ ਦੇ ਚਰਨਾਂ 'ਚ ਹਾਜ਼ਰੀਆਂ ਹੋਈਆਂ। ਅਲਮਸਤ ਦਾਦਾ ਲਾਲ ਬਾਦਸ਼ਾਹ ਜੀ, ਉਹਨਾਂ ਦੀ ਵੀ ਹਾਜ਼ਰੀਆਂ ਹੁੰਦੀਆਂ। ਮੇਰੀਆਂ ਅਜ਼ੀਜ਼ ਭੈਣਾਂ, ਮਾਤਾਵਾਂ, ਧੀਆਂ, ਧਿਆਣੀਆਂ, ਸਾਰੇ ਤੁਸੀਂ ਆਏ ਹੋ, ਸਾਰਿਆਂ ਨੂੰ ਮੈਂ ਪ੍ਰਣਾਮ ਕਰ ਰਿਹਾ। ਕਬੂਲ ਕਰੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਵਜਾ ਕੇ। ਲੋਕੀਤ ਤੋਂ ਪਹਿਲਾਂ ਇਹ ਵੀ ਫਰਮਾਇਸ਼ੀ ਹੈ ਕਿ ਉੱਚਾ ਦਰ ਬਾਬੇ ਨਾਨਕ ਦਾ ਕੁਲਵੰਤ, ਠੀਕ ਹੈ। ਸੋ ਮੈਂ ਸਭ ਦਾ ਧੰਨਵਾਦੀ ਹੈ ਭਾਈ, ਸਤਿ ਸ੍ਰੀ ਅਕਾਲ। ਹਰੇ ਕ੍ਰਿਸ਼ਨ, ਸੈਲਿਊਟ, ਥੈਂਕ ਯੂ ਵੈਰੀ ਮਚ। ਹਾਊ ਯੂ ਹੈ ਜੀ? ਰਮੇਸ਼ ਪਾਂਡੇ ਨਕੋਦਰ ਥਾਣੇ ਤੋਂ, ਕੌਮ ਦੇ ਰਾਖੇ, ਇਹਨਾਂ ਨੂੰ ਵੀ ਅਸੀਂ ਸੈਲਿਊਟ ਕਰਦੇ। ਚਲੋ ਪੇਸ਼ ਕਰਦੇ ਹਾਂ, ਗੌਰ ਫਰਮਾਓ। ਹਾਂਜੀ, ਵੋਲਿਊਮ ਜ਼ਿਆਦਾ, ਇੱਕੋ ਘੱਟ ਕਰੋ, ਵੋਲਿਊਮ ਖੋਲੋ, ਹੈਲੋ, ਹੋਰ ਥੋੜ੍ਹੀ, ਹੈਲੋ, ਆਵਾਜ਼ ਦਾ ਫਲੋ ਬਣਾਓ, ਆਵਾਜ਼ ਦਾ ਫਲੋ। ਹਾਂਜੀ, ਪ੍ਰਣਾਮ ਜੀ। ਦਿੱਲੀ ਤੋਂ ਆਪਣੀ ਡਿਊਟੀ ਨਿਭਾਉਂਦੇ ਹੋਏ ਇਹ ਪਰਿਵਾਰ ਸਦਾ ਆਉਂਦੇ ਨੇ, ਅਸੀਂ ਇਹਨਾਂ ਨੂੰ ਵੀ ਕਹਿੰਦੇ ਪਹਿਲੀ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ। ਰਾਜਾ ਭੋਜ ਦੀ ਤਲਵੰਡੀ ਪਾਕਿਸਤਾਨ 'ਚ ਉਸ ਸਥਾਨ ਨੂੰ ਕੋਟ ਕੋਟ ਪ੍ਰਣਾਮ ਹੈ। ਸੁਣੋ ਉਹ ਗੀਤ ਜਿਹੜਾ ਉੱਥੇ ਵੱਜਦਾ ਲੰਗਰ ਤੇ ਸੰਗਤਾਂ ਦੇ ਦਿਲਾਂ 'ਚ ਵੱਜਦਾ, ਉਹ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਇੱਕ ਵਾਰੀ ਤਾੜੀਆਂ ਵੀ ਆ ਕੇ ਇਜਾਜ਼ਤ ਦੇ ਦਿਓ, ਮਿਹਰਬਾਨੀ। ਹਾਂਜੀ, ਸਾਰ ਨਾ ਜਾ
ਅੰਧੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਦਰਾਂ ਚਾਦਰ ਬਾਬੇ ਚਾਦਰ ਬਾਬੇ ਚਾਦਰ ਬਾਬੇ ਚਾਦਰ ਬਾਬੇ ਸਾਦੀ
ਸਭ ਤੋਂ ਪਹਿਲਾਂ ਸ਼ਾਮ ਲਾਲ ਜੀ, ਪਿਆਰਾ ਸਿੰਘ ਜੀ, ਸ਼ਿਵ ਕੁਮਾਰ ਜੀ, ਤਰਲੋਚਨ ਸਿੰਘ ਜੀ ਅਤੇ ਕੁਲਵੰਤ ਸਿੰਘ ਜੀ, ਔਰ ਇਸ ਤੋਂ ਇਲਾਵਾ ਕੁਲਵੰਤ ਸਿੰਘ ਜੀ, ਸਮਿੰਦਰ ਸਾਹਿਬ ਆਲੇ ਵਾਲੀ, ਸ਼੍ਰੀ ਸ਼ਿਵ ਰਾਮ ਜੀ, ਰਿਟਾਇਰਡ DFSO, ਔਰ ਕੁਲਵੰਤ ਸਿੰਘ ਜੀ ਆਲੇ ਵਾਲੀ, ਜਰਨੈਲ ਸਿੰਘ ਜੀ ਮਲਸੀਆਂ, ਰਾਜ ਦੀਪਕ ਮਲਸੀਆਂ, ਪੁਨੀਤ ਮਿਸਰ ਨਕੋਦਰ, ਪਰਮਜੀਤ ਸਿੰਘ ਜੀ ਭੋਗੀਪੁਰ, ਸ਼ਾਮ ਲਾਲ ਜੀ ਭੋਗੀਪੁਰ ਅਤੇ ਨਰਿੰਦਰ ਸਿੰਘ ਜੀ ਮਲਸੀਆਂ, ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਾਂਗਾ, ਸ਼ੁਕਰੀਆ ਅਦਾ ਕਰਾਂਗਾ ਅਤੇ ਇੱਕ ਬੇਨਤੀ ਕਰਾਂਗਾ ਕਿ ਪੈਸੇ ਬੋਲਣ ਲੱਗਿਆ ਜੇ ਕਿਸੇ ਮੇਰੇ ਵੀਰ ਦਾ ਨਾਂ ਗਲਤ ਬੋਲਿਆ ਜਾਵੇ, ਇਹ ਨਾਂ ਬਾਅਦ ਬੋਲਣੇ ਆ,
ਰੱਤ ਬੋਲਿਆ ਜਾਵੇ ਜਾਂ ਕਿਤੇ ਭੁਲੇਖੇ ਨਾ ਬੋਲਣਾ, ਭੁੱਲ ਜਾਵਾਂ ਤਾਂ ਗੁੱਸਾ ਨਾ ਕਰਿਓ, 100 ਰੁਪਇਆ ਹੋਰ ਦੇ ਕੇ ਨਾ ਠੀਕ ਕਰਾ ਲਿਓ। ਆ ਬੰਦਾ ਬੈਠਾ ਨਾ ਦਿਖਾਈ ਦੇ, ਪੈਸੇ ਮਿਲ ਦੇ ਚਲੋ। ਆਓ ਜੀ ਅਗਲੀ ਆਈਟਮ ਉੱਪਰ ਫਿਰ ਮਾਈਕ ਤੇ ਮੇਰੀ ਬਰਾਦਰ ਸੁਰਿੰਦਰ ਛਿੰਦਾ ਜੀ। ਚਲੋ ਮੈਂ ਇਹ ਚਾਹੁੰਦਾ, ਬਹੁਤ ਵਧੀਆ ਸਾਊਂਡ ਹੈ, ਸਾਜਾਂ ਦੀ ਆਵਾਜ਼ ਘੱਟ ਹੋਵੇ। ਅਸੀਂ ਐਸ ਐਸ ਓ ਸਾਹਿਬ ਨੂੰ ਜੀਆਂ ਕਹਿੰਦੇ ਹਾਂ, ਇਹਨਾਂ ਵਾਸਤੇ ਤਾਲੀ ਵੀ ਹੈ। ਇੱਦਾਂ ਦੇ ਆਉਣ ਵਾਲੇ ਨੌਜਵਾਨ ਬਹੁਤ ਤਰੱਕੀ ਕਰਨਗੇ, ਅਸੀਂ ਦੁਆ ਕਰਦੇ ਹਾਂ। ਵਾਲੀਅਮ ਜ਼ਿਆਦਾ ਕਰੋ, ਸਾਜਾਂ ਦੀ ਆਵਾਜ਼ ਘੱਟ ਕਰੋ, ਨਹੀਂ ਤਾਂ ਕਈ ਵਾਰੀ ਅੱਜ ਕੱਲ੍ਹ ਦੇ ਗਾਉਣ ਵਾਲੇ ਇੰਨੇ ਸਾਜ ਹੁੰਦੇ ਹੈ ਕਿ ਕਈ ਬਜ਼ੁਰਗ ਪੁੱਛਦੇ ਨੇ ਜਦੋਂ ਜਾਣ ਲੱਗਦੇ ਹੈ ਵੀ ਭਾਈ ਗਾਇਆ ਕੀ ਹੈ ਤੁਸੀਂ, ਪਤਾ ਹੀ ਨਹੀਂ ਲੱਗਦਾ। ਲੇਕਿਨ ਸਾਡਾ ਮਿਸ਼ਨ ਹੋਰ ਹੈ। ਦਾਦਾ ਲਾਡੀ ਸ਼ਾਹ ਜੀ ਝਿੜਕਦੇ ਹੁੰਦੇ ਸੀ, ਕਹਿੰਦੇ ਓਏ ਪਿੰਜਰੋਂ ਕੁਝ ਪੱਲੇ ਪਾ ਕੇ ਆਇਓ ਲੋਕਾਂ ਦੇ। ਅਸੀਂ ਅੱਜ ਵੀ ਉਹਨਾਂ ਦੀਆਂ ਉਹਨਾਂ ਸੱਟਾਂ ਤੋਂ ਬਣਦੇ। ਬੁਲਾਓ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ। ਮੈਂ ਇੱਕ ਸਪੈਸ਼ਲ ਟਰੈਕ ਕੱਢਿਆ, ਤੁਹਾਨੂੰ ਉਹਦਾ ਲਿੰਕ ਵੀ ਦੇ ਦਿੰਦੇ ਹਾਂ, ਕੁਲਵੰਤ ਨੂੰ ਮੈਂ ਭੇਜਿਆ ਵੀ ਹੈ, ਭੇਜ ਵੀ ਦਿੰਦੇ ਹਾਂ। ਕੱਲ 10 ਵਜੇ ਰਿਲੀਜ਼ ਹੋਇਆ ਹੈ, ਕਿਉਂਕਿ ਜਿਹਦਾ ਵਿਆਹ ਹੋਵੇ ਉਹਦੀਆਂ ਘੋੜੀਆਂ ਵੀ ਗਾਉਣੀਆਂ ਚਾਹੀਦੀਆਂ। ਕੀ ਖਿਆਲ ਹੈ, ਤਾੜੀਆਂ ਵਿਆਹ ਕੇ ਦੱਸੋ। ਅਬਾਈ ਜੀ ਹੋਰੀ ਬੈਠੇ ਨੇ, ਮੈਨੂੰ ਮਿਲ ਕੇ ਆਏ ਨੀਲੀ ਪੱਗ ਵਾਲੇ, ਨਹਾਇਤ ਅਦਬ ਦੇਣ ਵਾਲੀਆਂ ਇਹ ਹਾਜ਼ਰਾਤ ਪਰਸਨੈਲਿਟੀ ਸੀ। ਧੰਨ ਧੰਨ ਤੂੰ ਰਵਿਦਾਸ ਪਿਤਾ, ਜੇ ਗੱਲ ਚੰਗੀ ਲੱਗੇ ਦੇਖੋ, ਧੰਨ ਧੰਨ ਤੂੰ ਰਵਿਦਾਸ ਪਿਤਾ। ਭੈਣੋ ਤਾਂ ਤਾੜੀ ਵਿਆਹੋ ਜੇ ਗੱਲ ਚੰਗੀ ਲੱਗੇ। ਗੁਰੂ ਰਵਿਦਾਸ ਜੀ ਦੀ ਪਹਿਲਾਂ ਤਸਵੀਰ ਲਿਆਓ ਅੱਖਾਂ ਦੇ ਸਾਹਮਣੇ, ਕਿਸ ਤਰ੍ਹਾਂ ਬੈਠੇ ਨੇ, ਆਪਦੇ ਕਾਰੋਬਾਰ ਚ ਮਸਤ। ਗੰਗਾ ਮਈਆ ਵੀ ਉਹਨਾਂ ਨੂੰ ਸਲਾਮ ਕਰਦੀ ਸੀ, ਧੰਨ ਧੰਨ ਤੂੰ ਰਵਿਦਾਸ ਪਿਤਾ, ਤੇਰੀ ਤਾਂਗ ਦਿਲਾਂ ਵਿੱਚ ਰਹਿੰਦੀ ਏ, ਤੇਰੀ ਪੱਥਰੀ ਕੀ ਜਾਂ ਪਰਬਤ ਸੀ ਜਿਹਦੇ ਹੇਠਾਂ ਗੰਗਾ ਵਹਿੰਦੀ ਹੈ, ਜਿਹਦੇ ਹੇਠਾਂ ਗੰਗਾ ਵਹਿੰਦੀ। ਚਲੋ ਪੇਸ਼ ਕਰ ਰਹੇ ਹਾਂ, ਹਾਂਜੀ ਰਵਿਦਾਸ ਪਿਤਾ, ਧੰਨ ਧੰਨ 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 ਰਵਿਦਾਸ ਪਿਤਾ। ਧੰਨ ਧੰਨ ਤੂੰ ਰਵਿਦਾਸ ਪਿਤਾ, ਧੰਨ ਧੰਨ ਤੂੰ ਰਵਿਦਾਸ ਪਿਤਾ, ਤੇਰੀ ਤਾਂਗ ਦਿਲਾਂ ਵਿੱਚ ਰਹਿੰਦੀ ਏ, ਤੇਰੀ ਪੱਥਰੀ ਕੀ ਜਾਂ ਪਰਬਤ ਸੀ, ਤੇਰੀ ਪੱਥਰੀ ਕੀ ਜਾਂ ਪਰਬਤ ਸੀ, ਜਿਹਦੇ ਹੇਠਾਂ ਗੰਗਾ ਵਹਿੰਦੀ ਏ,
ਬਸੰਤ ਦੇ ਦਿਨਾਂ ਦੇ ਵਿੱਚ ਮਾਤਾ ਕਲਸਾ ਦੇਵੀ ਤੇ ਪਿਤਾ ਸੁਖਦੇਵ ਦਾਸ ਦੇ ਪਰਿਵਾਰ ਦੇ ਵਿੱਚ ਜਨਮ ਲੈਂਦੇ ਕੀ ਲਿਖਿਆ ਰਵਿਦਾਸ ਪਿਤਾ ਸੋਚਾ ਇੰਦਰ ਪੰਡਿਤ ਡੁੱਬਿਆ
ਸੋਚਾਂ ਅੰਦਰ ਕਿਹੜੀਆਂ ਸੋਚਾਂ ਪੰਡਿਤ ਡੁੱਬਿਆ ਸੋਚਾਂ ਅੰਦਰ ਮੱਕ ਕੇ ਕਰਤਾ ਲੈਂਦੀ ਸਲਾਮ ਕਰਦੇ ਨੇ ਝੁੱਕ ਕੇ ਮੱਥਾ ਟੇਕਦੇ ਨੇ ਕੀ ਲਿਖਿਆ ਬਸ ਵਜੋ ਦਿਓ ਰਵਿਦਾਸ ਪਿਤਾ ਧਰਤਨ ਰਵਿਦਾਸ ਪਿਤਾ ਕੀਰਤਨ ਸਾਹਿਬ ਤੇ ਜੋ ਜਿਆਰੇ ਹੋਣੇ ਤੋਂ ਪੱਤਰ ਨਾਰੇ
ਸਾਰੀ ਦੁਨੀਆ ਹਰ ਦਮ ਉੱਠਦੀ ਤੇਰੀ ਪੱਥਰੀ ਚਲੋ ਬਹੁਤ ਸਾਰਾ ਮਾਣ ਪਿਆਰ ਸਤਿਕਾਰ ਭੇਜਿਆ ਹੈ, ਮਿਹਰਬਾਨੀ। ਤਨ ਤਨ ਤੋਂ ਰਵਿਦਾਸ ਪਿਤਾ ਤੇਰੀ ਤਾਂਘ ਦਿਲਾਂ ਵਿੱਚ ਰਹਿੰਦੀ ਹੈ, ਤੇਰੀ ਪੱਥਰੀ ਕੀ ਜਾਂ ਪਰਬਤ ਸੀ ਜਿਹਦੇ ਹੇਠਾਂ ਗੰਗਾ ਵਹਿੰਦੀ ਹੈ। ਬੜੀਆਂ ਪਿਆਰੀਆਂ ਲਾਈਨਾਂ ਤੁਹਾਡੇ ਮੂਹਰੋਂ ਅੱਜ ਜਨਮ ਦਿਹਾੜੇ 'ਤੇ ਪੇਸ਼ ਕੀਤੀਆਂ ਸੁਰਿੰਦਰ ਛਿੰਦਾ ਜੀ ਨੇ, ਔਰ ਇਹਨਾਂ ਲਾਈਨਾਂ ਤੋਂ ਖੁਸ਼ ਹੋ ਕੇ ਨਰਿੰਦਰ ਸਿੰਘ ਜੀ ਮਲਸੀਆਂ, ਸ਼ਿਵ ਰਾਮ ਜੀ ਡੀ ਐਫ ਐਸ ਓ ਬਹੁਤ ਸਾਰਾ ਮਾਣ ਦੇ ਕੇ ਗਏ ਆ, ਔਰ ਸਲਵੰਤ ਸਿੰਘ ਜੀ, ਸਰਦਾਰ ਪਰਮਜੀਤ ਸਿੰਘ ਜੀ ਭੋਗੀਪੁਰ 500 ਰੁਪਇਆ ਉਹਨਾਂ ਨੇ ਮਾਣ ਭੇਜਿਆ ਜੀ, ਸਰਦਾਰ ਸੁਖਦੇਵ ਸਿੰਘ ਜੀ ਭੋਗੀਪੁਰ 200 ਰੁਪਇਆ ਉਹਨਾਂ ਨੇ ਮਾਣ ਭੇਜਿਆ, ਮੈਂ ਤੁਹਾਨੂੰ ਰਿਸ਼ਵੇ ਅਦਾ ਕਰਾਂਗਾ। ਔਰ ਬਿਪਨ ਭੁੱਲਰ ਜੀ, ਹੁਸਨ ਭੁੱਲਰ ਜੀ, ਉਹਨਾਂ ਦਾ ਵੀ ਇੱਥੇ ਪਹੁੰਚਣ 'ਤੇ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਸਤਨਾਮ ਸਿੰਘ ਜੀ ਬਾਜਵਾ ਸਾਹਿਬ, ਹਰਮਨ ਸਿੰਘ ਜੀ ਬਾਜਵਾ ਸਾਹਿਬ, ਔਰ ਦੋਤਾ ਗੁਰਬੰਤ ਸਿੰਘ ਜੀ ਰਾਏ ਸਾਹਿਬ, ਰਾਜੀਵ ਕੁਮਾਰ ਜੀ, ਚੀਰਨ ਸਿੰਘ ਜੀ ਨਕੋਦਰ ਤੋਂ, ਉਹਨਾਂ ਨੇ ਬਹੁਤ ਸਾਰਾ ਮਾਣ ਭੇਜਿਆ, ਉਹਨਾਂ ਦੇ ਵਿਦਿਆਰਥੀ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜੱਸਾ ਪੰਡੋਰੀ ਅਤੇ ਬੂਟਾ ਪੰਡੋਰੀ, ਮੈਂ ਸਾਰੇ ਵੀਰਾਂ ਦਾ ਬਜ਼ੁਰਗਾਂ ਦਾ ਤੁਹਾਡੇ ਤੋਂ ਸ਼ੁਕਰੀਆ ਅਦਾ ਕਰਾਂਗਾ। ਸੋ ਆਓ ਅਗਲੀਆਂ ਲਾਈਨਾਂ ਲੈ ਕੇ ਇੱਕ ਵਾਰ ਫਿਰ ਤੁਹਾਡੇ ਰੂਪ ਨੂੰ ਉਹੀ ਆਵਾਜ਼ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਜੀ। ਸੋ ਬਹੁਤ ਫਰਮਾਇਸ਼ਾਂ ਆਈਆਂ ਹੋਈਆਂ, ਇੱਕ ਗੀਤ ਹੋਰ, ਕਿਉਂਕਿ ਸਾਡਾ ਜਿੱਥੇ ਰਾਤ ਨੂੰ ਪ੍ਰੋਗਰਾਮ ਹੈ ਜਲੰਧਰ ਲੰਮਾ ਪਿੰਡ, ਆ ਜਿਓ ਉੱਥੇ, ਉੱਥੇ ਸਾਰਾ ਹੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਗਾਇਨ ਹੋਣਾ। ਸੋ ਇੱਕ ਗੀਤ ਹੋਰ ਗਾ ਕੇ ਫਿਰ ਥੋੜ੍ਹਾ ਜਿਹਾ ਸੱਭਿਆਚਾਰਕ ਪ੍ਰੋਗਰਾਮ ਕਰਾਂਗੇ, ਕਿਉਂਕਿ ਬੀਬਾ ਜੀ ਤਾੜੀਆਂ ਵਜਾਓ, ਕੌਰ ਬਿੱਲੋ ਜੀ ਮੇਰੇ ਨਾਲ ਵਜਾਓ ਭੈਣ ਜੀ, ਇਹ ਬੀਬੀ ਨੂੰ ਪੇਸ਼ ਕਰਨਾ ਤੁਹਾਡੇ ਸਾਹਮਣੇ। ਇਲਾਕੇ 'ਚ ਪਹਿਲਾਂ ਲਗਲੀ ਵੀ ਆ ਗਏ ਨੇ, ਹੈਪੀ ਉਹਨਾਂ ਦੇ ਪਤਾ ਕਰਵਾਉਣ ਤੋਂ। ਇਹ ਮੈਂ ਅਫਗਾਨਿਸਤਾਨ ਗਿਆ ਸੀ ਪ੍ਰੋਗਰਾਮ 'ਤੇ, ਉਦੋਂ ਕੋਈ ਉੱਦਾਂ ਦੇ ਝਗੜੇ ਨਹੀਂ ਸੀ, ਇਹਨਾਂ ਨੇ ਮੈਨੂੰ ਪਹਿਲੀ ਵਾਰੀ ਉੱਥੇ ਦੇਖਿਆ ਸੁਣਿਆ, ਅਤੇ ਕਹਿੰਦੀ ਮੈਨੂੰ ਤੁਹਾਡਾ ਗਾਣਾ ਬਹੁਤ ਪਸੰਦ ਆਇਆ। ਮੈਂ ਕਿਹਾ ਸ਼ੁਕਰ ਹੈ, ਮੈਂ ਕਿਹਾ ਫਿਰ ਬੀਬਾ ਜੀ ਕੀ ਚਾਹੁੰਦੇ? ਉਹ ਕਹਿੰਦੀ ਮੈਂ ਵੀ ਗਾਉਣੀ ਹੈ, ਅਤੇ ਕਹਿੰਦੀ ਜੇ ਮੇਰੇ 'ਤੇ ਮਿਹਰਬਾਨੀ ਕਰੋ ਮੈਂ ਤੁਹਾਡੇ ਨਾਲ ਗਾ ਸਕਦੀ ਹਾਂ। ਮੈਂ ਕਿਹਾ ਤੇਰੀ ਮਰਜ਼ੀ ਆ ਬੀਬਾ, ਇਹ ਤਾਂ ਛਿੰਦੇ ਦਾ ਡੇਰਾ ਆ, ਜੀ ਕਰਦਾ ਆ ਜਾਈ, ਜੀ ਕਰਦਾ ਨਾ ਆ। ਉਦੋਂ ਹੀ ਪਤਾ ਲੱਗਿਆ ਇਹਨੇ ਹਫ਼ਤੇ ਬਾਅਦ ਟੈਚੀ ਚੱਕਿਆ ਗੱਡੀ 'ਤੇ, ਸਿੱਧਾ ਹੀ ਅੰਮ੍ਰਿਤਸਰੋਂ ਅਫਗਾਨਿਸਤਾਨ ਤੋਂ ਅੰਮ੍ਰਿਤਸਰ ਘਰ ਆ ਗਈ, ਅਤੇ ਲਗਾਤਾਰ 3 ਸਾਲ ਰਿਆਜ਼ ਕਰਕੇ ਸਵੇਰ ਮਾਰਕੀਟ ਦੇ ਵਿੱਚ ਇਹਦਾ ਨਾਂ ਬਣਿਆ ਕੌਰ ਬਿੱਲੋ। ਉਹ ਬਦਲੇ ਮਰਜ਼ੀ ਆ, ਯਾਰੀਆਂ ਪਾ ਕੇ ਤੋੜ ਗਿਆ ਮਿੱਤਰਾ,
ਇਹ ਲੱਦਣੀ ਮੈਨੂੰ ਲੈ ਕੇ ਆਇਆ ਸੀ ਕਬੱਡੀ ਦਾ ਜਵਾਨ ਤੇ ਜਿਹੜਾ ਸਾਡਾ ਸਾਊਂਡ ਵਾਲਾ ਉਹ ਵੀ ਕਬੱਡੀ ਦਾ ਹੀ ਲੱਗਦਾ ਹੈ। ਖੜਾ ਹੋ ਬਈ, ਖੜ ਜਾ ਵਜਾ ਦਿਓ ਤਾੜੀਆਂ। ਸੋ ਮੈਂ ਵੀ ਕਹਾਂ ਵੀ ਜਿਹੜੇ ਸੁੱਚ ਨੂੰ ਹੱਥ ਲਾ ਦਿੰਦਾ ਉਹਦੀਆਂ ਤਾਰਾਂ ਹੀ ਹਿੱਲ ਜਾਂਦੀਆਂ। ਕਿਆ ਬਹੁਤ ਸੋਹਣੀ ਸਾਊਂਡ ਹੈ, ਘੁਮਾਓ ਜਰਾ ਗੇੜਾ ਦਿਓ। ਪਤਾ ਕੀ ਹੋ ਰਿਹਾ, ਅੰਦਰ ਹੀ ਗੂੰਜੀ ਜਾ ਰਹੀ ਹੈ। ਵੈਸੇ ਵੈਰੀ ਗੁੱਡ ਹੈ, ਪਰ ਜੋ ਮੈਂ ਚਾਹੁੰਦਾ ਜੀ ਉਦਾਂ ਕਰ ਦਿਓ ਤਾਂ ਠੀਕ ਹੈ, ਨਹੀਂ ਤਾਂ ਇੰਨੀ ਕੁ ਸੰਗਤ ਨੂੰ ਤਾਂ ਮੈਂ ਬਿਨਾਂ ਮਾਈਕ ਤੋਂ ਵੀ ਸੁਣਾ ਸਕਦਾ। ਗੱਲ ਕੀ ਹੈ ਜੀ, ਭਾਈ ਤੀਰ ਥੋਰੀ ਲੱਦਣਾ ਵਾਲੇ ਬਹੁਤ ਪਿਆਰਾ ਇਨਸਾਨ, ਯਾਰਾਂ ਦਾ ਯਾਰ, ਪਰ ਵਾਅਦਾ ਕਰਕੇ ਮਿਲਿਆ ਨਹੀਂ ਮੁੜ ਕੇ, ਉਹੀ ਗੱਲ ਨਹੀਂ। ਤੇਰਾ ਇੱਕ ਗੀਤ ਤੋਂ ਬਾਅਦ ਜੇ ਥੋੜ੍ਹਾ ਬੀਬੀ ਜੀ ਨੂੰ ਲਿਆਉਂਦੇ ਅੱਗੇ, ਕੌਰ ਬਿੱਲੋ ਜਲਵਾ ਦੇਖੋਗੇ ਤੁਸੀਂ ਵੀ ਕੈਸੀ। ਇਹ ਜਗਮੋਹਨ ਕੌਰ ਜੀ ਦੀ ਸ਼ਗਿਰਦ ਹੈ, ਤਾੜੀਆਂ ਵਜਾ ਦਿਓ ਸਵਰਗ ਵਾਸੀ ਜਗਮੋਹਨ। ਇਹਨਾਂ ਨੇ ਆਮ ਪੱਗ ਦਿੰਦੇ ਨੇ ਉਹਨੂੰ ਚੁੰਨੀ ਭੇਟ ਕਰਕੇ ਉਸਤਾਦ ਬਣਾਇਆ ਸੀ। ਸੋ ਬਹੁਤ ਵਧੀਆ ਆਰਟਿਸਟ ਹੈ, ਪੇਸ਼ ਕਰਾਂਗੇ ਥੋੜ੍ਹੀ ਦੇਰ ਬਾਅਦ। ਲਓ ਜਿਹੜੀ ਤਰਜ ਹੈ ਇਹ ਮੈਨੂੰ ਆ ਸਾਹਮਣੇ ਗੁਰੂ ਘਰ ਆਇਆ, ਸਹੁੰ ਲੱਗੇ ਜਿਵੇਂ ਜਲੇਬੀਆਂ ਤੱਤੀਆਂ ਤੱਤੀਆਂ ਕੱਢਦੇ ਆ ਤਾਂ ਸਵਾਦ ਹੋਰ ਹੁੰਦਾ ਹੈ। ਰਾਤੀ ਲਿਖਿਆ ਤੇ ਹੁਣੇ ਪੇਸ਼ ਕਰਨ ਲੱਗਿਆ ਤੁਹਾਡੇ ਸਾਹਮਣੇ ਗੁਰੂ ਰਵਿਦਾਸ ਜੀ ਮਹਾਰਾਜ ਦਾ ਤਰਜ ਦੇਖੋ ਕਿਹੜੀ ਰੱਖੀ ਆ ਸੀ। ਹਾਂਜੀ ਗਿਆਨ ਧਿਆਨ ਕਿਛ ਕਰਮ ਨਾ ਜਾਣੋ ਸਾਰ ਨਾ ਜਾਣਾ ਦੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜਿਹੜੇ ਗੁਰੂ ਦੇ ਦੁਆਰੇ ਆ ਗਏ, ਗੁਰੂ ਰਵਿਦਾਸ ਜੀ ਦੇ ਦੁਆਰੇ ਆ ਗਏ, ਉਹਨਾਂ ਦਾ ਹਰ ਕਦਮ ਦੇ ਉੱਤੇ ਉਹਨਾਂ ਨੂੰ ਜਿੱਤ ਨਸੀਬ ਹੁੰਦੀ ਹੈ। ਲਓ ਪੇਸ਼ ਹੈ ਉਹ ਜਿਹੜੀ ਆ ਜੰਗ ਗੁਰੂ ਦੇ ਦੁਆਰੇ ਚੱਲ ਚੱਲੀਏ ਕਿਤੇ ਨਾ ਪਿੱਛੇ ਲੈ ਗਏ ਗੁਰੂ ਦਾ ਦੁਆਰਾ ਮੰਗੀਏ। ਚੱਲ ਚੱਲੀਏ ਕਿਤੇ ਨਾ ਪਿੱਛੇ ਲੈ ਗਏ ਗੁਰੂ ਦਾ ਦੁਆਰਾ ਮੰਗੀਏ। ਚੱਲ ਚੱਲੀਏ ਕਿਤੇ ਨਾ ਪਿੱਛੇ ਲੈ ਗਏ ਗੁਰੂ ਦਾ ਦੁਆਰਾ ਮੰਗੀਏ। ਆ ਜਾਣ ਗੁਰੂ ਦੇ ਦੁਆਰੇ ਗੁਰੂ ਰਵਿਦਾਸ ਸਭ ਦੇ ਦੁਆਰੇ
ਜਿਹੜੇ ਆ ਜਾਂਦੇ ਗੁਰੂ ਦੇ ਦੁਆਰੇ, ਗੁਰੂ ਰਵਿਦਾਸ ਸਭਨਾਂ ਨੂੰ ਉਤਾਰੇ, ਕਾਸ਼ੀ ਵੱਲ ਚੱਲ ਚੱਲੀਏ, ਚੱਲ ਚੱਲੀਏ ਇੱਕ ਦਿਨ ਪਿੱਛੇ ਲੈ ਜਾਈਏ। ਖੁਸ਼ੀਆਂ
ਸਾਹਮਣੇ ਰੱਖਣਾ। ਸੋ ਰਾਮਜੀਤ ਮੌਜੀ ਆ ਰਹੇ ਨੇ, ਆ ਮੁੰਡਾ ਦੇਖ ਲਓ ਢੋਲ ਵਾਲਾ ਸਾਡਾ, ਇਹ ਵੀ ਦੁਬਈ ਤੋਂ ਆਇਆ ਹੋਇਆ, ਉੱਥੇ ਕਾਮਯਾਬ ਨਹੀਂ ਹੋਇਆ, ਕਹਿੰਦਾ ਚੱਲਦੇ ਉੱਥੇ ਛਿੰਦੇ ਬਾਈ ਨਾਲ ਢੋਲ ਹੀ ਵਜਾਉਂਦੇ ਆ, ਪਰ ਮੈਂ ਇਹਨੂੰ ਜਦੋਂ ਸਿਰ ਤੇ ਹੱਥ ਰੱਖਣ ਲੱਗਦਾ ਐਂ ਪਰੇ ਕਰ ਲੈਂਦਾ। ਮੈਂ ਕਿਹਾ ਕੀ ਗੱਲ? ਕਹਿੰਦਾ ਮੈਂ ਸਿਰ ਤੇ ਬੁਰਸ਼ ਰੱਖਿਆ ਹੋਇਆ, ਮੇਜ਼ ਸਾਫ਼ ਕਰਨ ਵਾਲਾ ਪੱਕਾ ਹੀ, ਜੇ ਇਹ ਡਿੱਗ ਪਿਆ ਮੈਂ ਕੀ ਕਰੂੰਗਾ, ਇਸ ਲਈ ਮੈਂ ਥਾਪੜਾ ਹੀ ਦੇ ਦਿੰਦਾ, ਜਾਂ ਵੀ ਜਿਉਂਦਾ ਰਹੇ 7 ਸਾਲ ਲਈ ਜਿਉਂਦਾ ਰਹੇ, ਨਹੀਂ ਨਹੀਂ 70 ਸਾਲ, ਚਲੋ 90 ਸਾਲ ਚੱਲ ਜਾਂਦੇ। ਸੋ ਮੈਂ ਬਹੁਤ ਖੁਸ਼ ਹੈ, ਸਾਰੀ ਟੀਮ ਸਾਡੀ ਬਹੁਤ ਚੰਗੀ ਹੈ। ਸੋ ਸਾਰਿਆਂ ਨੂੰ ਇੰਤਜ਼ਾਰ ਹੈ ਵੀ ਕੌਰ ਬਿੱਲੋ ਜੀ ਕਦੋਂ ਆਉਂਦੇ, ਮੈਂ ਤਿਆਰ ਬੈਠੇ ਨੇ ਉਹ ਵੀ। ਲੈ ਵੀ ਮੌਜੀ ਇੱਕ ਵਾਰੀ ਹਸਾ ਦੇ ਸਾਰਿਆਂ ਨੂੰ, ਲੈ ਠੀਕ ਹੈ ਜੀ, ਕਿਉਂਕਿ ਕੁਲਵੰਤ ਭਾਜੀ ਉਦੋਂ ਤੀਰਥ ਭਾਜੀ ਜਿਹਨਾਂ ਦੇ ਸਿਹੇ ਆਉਣੇ ਸ਼ੁਰੂ ਹੋ ਗਏ ਨੇ, ਕਿ ਜਲੇਬੀਆਂ ਸੀ ਪਾਈਆਂ ਹੋਈਆਂ, ਮਿੱਠਾ ਹੋ ਗਿਆ, ਉਹਦੇ ਨਾਲ ਨਾਲ ਪਕੌੜੇ ਚੱਲ ਰਹੇ ਆ, ਤੇ ਭਾਜੀ ਨੂੰ ਕਹਿੰਦੇ ਹੁਣ ਪਕੌੜਿਆਂ 'ਚ ਥੋੜ੍ਹਾ ਜਿਹਾ ਨਮਕ ਹੋਰ ਪਾ ਦਿਓ, ਤੇਜ਼ ਕਰ ਦਿਓ ਕੰਮ, ਕਰਦੇ ਆ ਜੀ, ਕਰਦੇ ਆ, ਤਾੜੀਆਂ ਲਾਓ ਭਾਜੀ ਉਹਦਾ। ਸੁਰਿੰਦਰ ਛਿੰਦਾ ਜੀ, ਰਮੇਸ਼ ਸਿੰਘ ਜੀ ਯੂਕੇ ਤੋਂ, ਦਲਵੀਰ ਸਿੰਘ ਜੀ ਯੂਕੇ ਤੋਂ, ਜਿਹਨਾਂ ਨੇ ਬਹੁਤ ਸਾਰਾ ਮਨ ਕੀਤਾ, ਉਹਨੇ ਬਜ਼ੁਰਗ ਮੰਨ ਕਰਕੇ ਗਏ ਹੈ, ਮੈਂ ਤਹਿ ਦਿਲ ਤੋਂ ਸ਼ੁਕਰ ਅਦਾ ਕਰਾਂਗਾ। ਔਰ ਭਜਨ ਭੋਡੀ ਪੁਰ ਔਰ ਜਗਤਾਰ ਸਿੰਘ ਦੀ ਤਾਰੀ, ਅਜਮੇਰ ਸਿੰਘ ਜੀ ਕਨੇਡਾ, ਬਲਵਿੰਦਰ ਸਿੰਘ ਜੀ ਕਨੇਡਾ, ਜਿਹਨਾਂ ਨੇ ਬਹੁਤ ਸਨਮਾਨ ਭੇਜਿਆ, ਕਮਲਜੀਤ ਸਿੰਘ ਜੀ ਸਿੱਧੂ ਸਾਹਿਬ ਔਰ ਬਲਵਿੰਦਰ ਸਿੰਘ ਜੀ ਸਿੱਧੂ ਸਾਹਿਬ, ਮਨਪ੍ਰੀਤ ਸਿੰਘ ਜੀ ਸਿੱਧੂ ਸਾਹਿਬ, ਜਿਹਨਾਂ ਨੇ ਬਹੁਤ ਸਨਮਾਨ ਕੀਤਾ, ਮੈਂ ਸਾਰੇ ਵੀਰਾਂ ਦਾ, ਬਜ਼ੁਰਗਾਂ ਦਾ, ਭੈਣਾਂ ਦਾ, ਭਾਈਆਂ ਦਾ, ਮਾਤਾਵਾਂ ਦਾ, ਬੱਚਿਆਂ ਦਾ ਕਹਿ ਦਿੱਤਾ ਸ਼ੁਕਰ ਅਦਾ ਕਰਾਂਗਾ। ਸੋ ਥੋੜ੍ਹਾ ਥੋੜ੍ਹਾ ਮਾਹੌਲ ਨੂੰ ਚੇਂਜ ਕਰਦੇ ਹਾਂ ਜੀ। ਸੋ ਆਓ, ਉਸਤਾਦ ਜੀ ਨੇ ਕਿਹਾ ਕਿ ਥੋੜ੍ਹਾ ਜਿਹਾ ਹੋਰ ਗਰਮ ਨੂੰ ਕਰੀਏ ਕੰਮ ਨੂੰ, ਅਤੇ ਕਹਿੰਦੇ ਨੇ ਸਿਆਣੇ ਬਜ਼ੁਰਗਾਂ ਦੀ ਕਹਾਵਤ, ਸਾਹਮਣੇ ਬੈਠੇ ਹੋ ਬਜ਼ੁਰਗ ਬੈਠੇ ਆ, ਕਿਉਂਕਿ ਜਿਹੜੀ ਮੈਂ ਗੱਲ ਕਹਿਣ ਲੱਗਿਆ ਇਹ ਮੈਂ ਕੋਈ ਆਪਣੇ ਪੱਲਿਓ ਨਹੀਂ ਕਹਿਣ ਲੱਗਾ, ਇਹ ਬਜ਼ੁਰਗਾਂ ਦੀਆਂ ਕਹਾਵਤਾਂ ਨੇ ਜੋ ਕਿ ਹਮੇਸ਼ਾ ਵਾਸਤੇ ਕਹੀਆਂ ਹੋਈਆਂ ਸੱਚੀਆਂ ਹੋ ਜਾਂਦੀਆਂ ਨੇ, ਉਹ ਤੁਹਾਡੇ ਮੂੰਹ ਪੇਸ਼ ਕਰਨ ਲੱਗਿਆ। ਬਜ਼ੁਰਗਾਂ ਦੀ ਕਹਾਵਤ ਹੈ ਕਿ ਦਾਣਾ ਪਾਣੀ ਖਿੱਚ ਕੇ ਲਿਆਉਂਦਾ ਕੌਣ ਕਿਸੇ ਦਾ ਖਾਂਦਾ, ਬਾਕੀ ਸਹੀ ਗੱਲ ਹੈ, ਕਿਉਂਕਿ ਅੱਜ ਦਾ ਪਵਿੱਤਰ ਦਿਹਾੜਾ, ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਹਾੜਾ ਹੈ, ਇੱਧਰ ਲੰਗਰ ਚੱਲ ਰਿਹਾ, ਅਤੇ ਸਾਨੂੰ ਆਉਂਦੇ ਹੀ ਭਾਜੀ ਨੇ ਕਹਿਤਾ, ਕੁਲਵੰਤ ਨੇ ਕਹਿੰਦਾ ਕਿ ਲੰਗਰ ਛੱਕ ਕੇ ਤਾਂ ਫਿਰ ਆਪਾਂ ਨੇ ਸਟੇਜ 'ਤੇ ਚੜ੍ਹਨਾ, ਇਹ ਦਾਣਾ ਪਾਣੀ ਦੀ ਗੱਲ ਹੁੰਦੀ ਹੈ। ਮੈਂ ਇੱਕ ਤਸਵੀਰ ਦੱਸਣ ਲੱਗਿਆ, ਕੱਲ੍ਹ ਸ਼ਾਮ ਦੀ ਗੱਲ ਹੈ, ਸ਼ਾਮੀ ਛਿੰਦਾ ਭਾਜੀ ਮੈਨੂੰ ਫੋਨ ਕਰ ਰਹੇ ਸੀ, ਅਤੇ ਮੇਰਾ ਫੋਨ ਬੰਦ ਆ ਰਿਹਾ ਸੀ, ਬੰਦ ਹੋਣਾ ਸੀ, ਰੀਚਾਰਜ ਹੋਇਆ ਨਹੀਂ, ਬੰਦ ਤਾਂ ਹੋਣਾ ਹੀ ਸੀਗਾ, ਖਾਲੀ ਪਿਆ ਸੀ। ਆਹ ਢੋਲ ਵਾਲਾ ਮੇਰੇ ਘਰ ਦੇ ਕੋਲ ਰਹਿੰਦਾ ਮੁੰਡਾ ਸੰਦੀਪ, ਇਹ ਮੇਰੇ ਘਰ ਦੇ ਕੋਲ ਰਹਿੰਦਾ, ਭਾਜੀ ਨੇ ਇਹਨੂੰ ਫੋਨ ਕੀਤਾ ਕਿ ਜਾਂ ਮੌਜੀ ਨੂੰ ਕਿਹਾ ਕਿ ਸਵੇਰੇ ਆਪਾਂ ਪ੍ਰੋਗਰਾਮ 'ਤੇ ਜਾਣਾ ਆ ਲੱਧਣਾ ਦੇ ਕੋਲ, ਅਤੇ ਆਪਾਂ ਲੇਟ ਨਾ ਹੋ ਜਾਈਏ ਅਤੇ ਟਾਈਮ ਨਾਲ ਤੁਰਨਾ ਆ। ਇਹ ਸਵੇਰੇ ਮੇਰੇ ਘਰ ਆਇਆ ਜੀ ਤੜਕੇ ਤੜਕੇ, ਮੈਨੂੰ ਕਹਿੰਦਾ ਭਾਜੀ ਨੇ ਭੇਜਿਆ ਵੀ ਆਪਾਂ ਪ੍ਰੋਗਰਾਮ 'ਤੇ ਜਾਣਾ ਹੈ। ਮੈਂ ਕਿਹਾ ਹਾਂ ਮੈਨੂੰ ਪਤਾ ਤਾਂ ਹੈ ਹੀ ਹੈ, ਪਰ ਟਾਈਮ ਤਾਂ ਨਹੀਂ ਸੀ ਪਤਾ, ਕੋਈ ਗੱਲ ਨਹੀਂ। ਮੈਂ ਕਿਹਾ ਤੂੰ ਇਹ ਦੱਸ ਵੀ ਆਪਾਂ ਪ੍ਰੋਗਰਾਮ 'ਤੇ ਚੱਲਾਂਗੇ, ਤੂੰ ਇਹ ਦੱਸ ਕਿ ਪਾਣੀ ਪੀਏਗਾ, ਲੱਸੀ ਪੀਏਗਾ, ਠੰਡਾ ਪੀਏਗਾ, ਚਾਹ ਪੀਏਗਾ,
ਇਹ ਪਿਓ ਦਾ ਪੁੱਤ ਕਹਿੰਦਾ ਪਹਿਲਾਂ ਪਾਣੀ ਆਉਣ ਦੇ, ਫਿਰ ਲੱਸੀ ਆਉਣ ਦੇ, ਫਿਰ ਠੰਡਾ ਆਉਣ ਦੇ, ਅਤੇ ਚਾਹ ਵਾਸਤੇ ਪਾਣੀ ਧਰ ਦੇ। ਸਾਰੀਆਂ ਚੀਜ਼ਾਂ ਕਬੂਲ ਕਰ ਗਿਆ। ਮੈਂ ਇਹਨੂੰ ਆਰਾਮ ਨਾਲ ਪੁੱਛਿਆ, ਮੈਂ ਕਿਹਾ ਗੱਲ ਸੁਣੋ, ਕਈ ਵਾਰੀ ਆਪਾਂ ਪ੍ਰੋਗਰਾਮਾਂ 'ਤੇ ਮੇਲਿਆਂ 'ਤੇ ਜਾਈਦਾ, ਲੰਗਰ ਥੋੜ੍ਹਾ ਜਿਹਾ ਲੇਟ ਹੀ ਸ਼ੁਰੂ ਹੁੰਦਾ ਆ, ਅਤੇ ਆਪਾਂ ਇੱਦਾਂ ਕਹਿੰਦਾ ਥੋੜ੍ਹਾ ਜਿਹਾ ਬ੍ਰੇਕਫਾਸਟ ਕਰ ਚੱਲੀਏ। ਇਹ ਕਹਿੰਦਾ ਤੇਰੀ ਮਰਜ਼ੀ ਹੈ, ਇਹ ਉਹਨੂੰ ਵੀ ਮੰਨ ਗਿਆ, ਤਿਆਰ ਹੋ ਗਿਆ, ਕੋਈ ਨਾਂ ਨਹੀਂ। ਮੈਂ ਆਪਣੇ ਘਰ ਵਾਲੇ ਨੂੰ ਇਸ਼ਾਰਾ ਕੀਤਾ, ਮੈਂ ਕਿਹਾ ਭਾਗਵਾਨ ਨੇ ਇੱਦਾਂ ਗੱਲ 'ਤੇ ਸੰਦੀਪ ਭਾਅ ਜੀ ਆਇਆ, ਭਾਈ ਨੇ ਭੇਜਿਆ ਸ਼ਿੰਦਾ ਜੀ ਨੇ ਕਿ ਦੋ ਚਾਰ ਪਰੌਂਠੇ ਲਾ ਦੇ, ਆਪਾਂ ਜਲਦੀ ਜਲਦੀ ਪ੍ਰੋਗਰਾਮ 'ਤੇ ਜਾਣਾ। ਘਰ ਵਾਲੀ ਕਹਿਣ ਲੱਗੀ, ਗੱਲ ਹੈ ਵੀ ਇਹ 'ਚ ਕਿਹੜੀ ਗੱਲ ਹੋਣੀ ਲਾ ਦਿੰਦੀ ਹੈ ਜੀ, ਕੀ ਹੋਇਆ? ਇਹਨੂੰ ਮੈਂ ਸਾਹਮਣੇ ਬੈਠਕ ਦੇ ਵਿੱਚ ਲੈ ਕੇ ਬਹਿ ਗਿਆ, ਅਤੇ ਦੂਜੇ ਪਾਸੇ ਸਾਹਮਣੇ ਰਸੋਈ ਦੇ ਵਿੱਚ ਹੁਣ ਮੇਰੇ ਘਰ ਵਾਲੀ ਪਰੌਂਠੇ ਲਾ ਰਹੀ ਹੈ। ਇੱਕ ਪਰੌਂਠਾ, ਦੋ ਪਰੌਂਠੇ, ਤਿੰਨ ਪਰੌਂਠੇ, ਚਾਰ ਪਰੌਂਠੇ, ਪੰਜ ਪਰੌਂਠੇ, ਛੇ ਪਰੌਂਠੇ, ਅਤੇ ਖਾਈ ਗਿਆ। ਇਹ ਖਾਣਾ ਨਾ ਹਟੇ, ਮੈਂ ਇਹਨੂੰ ਪੁੱਛਿਆ, ਮੈਂ ਕਿਹਾ ਪਰੌਂਠਾ ਹੋਰ? ਕਹਿੰਦਾ ਯਾਰ ਪਰੌਂਠਾ ਬੜਾ ਸਵਾਦ ਲੱਗਿਆ, ਕਹਿੰਦਾ ਅੱਧਾ ਕੁ ਪਰੌਂਠਾ ਹੋਰ ਲਿਆ, ਉਹ ਵੀ ਖਾ ਗਿਆ। ਮੈਨੂੰ ਫਿਰ ਪੁੱਛਿਆ, ਮੈਂ ਕਿਹਾ ਪਰੌਂਠਾ ਹੋਰ? ਕਹਿੰਦਾ ਯਾਰ ਚੱਪਾ ਕੁ ਪਰੌਂਠਾ ਹੋਰ ਲਿਆ, ਉਹ ਵੀ ਖਾ ਗਿਆ। ਮੈਨੂੰ ਫਿਰ ਪੁੱਛਿਆ, ਪਰੌਂਠਾ ਹੋਰ? ਕਹਿੰਦਾ ਚੱਪਾ ਬੜਾ ਸਵਾਦ ਲੱਗਿਆ, ਪੰਜ ਛੇ ਪਰੌਂਠੇ ਦੇ ਚੱਪੇ ਹੀ ਕਰ ਲਿਆ। ਹੁਣ ਤੁਹਾਨੂੰ ਪਤਾ ਕਿਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਜਨਾਨੀ ਰਸੋਈ 'ਚ ਹੋਵੇ ਤਾਂ ਸੰਦੀਪ ਉਹਦੇ ਹੱਥ 'ਚ ਕੀ ਹੁੰਦਾ? ਭਾਣਾ ਵਰਤਿਆ ਲੱਗਦਾ ਕਿਤੇ। ਹੁਣ ਮੇਰੇ ਘਰ ਵਾਲੀ ਰਸੋਈ 'ਚ ਖੜੀ ਆ, ਇਹਨੂੰ ਤੋੜਨ ਦਾ ਤਰੀਕਾ ਮੈਨੂੰ ਸਮਝਾ ਰਹੀ ਹੈ, ਕਿਉਂਕਿ ਸੁੱਧਾ ਨਹੀਂ ਕਰੀ। ਦੇਖੋ ਕਿਹੜੇ ਤਰੀਕੇ ਨਾਲ ਸਮਝਾ ਰਹੀ ਹੈ, ਵੇਲਣਾ ਮੈਂ ਹੱਥ 'ਚ ਫੜਿਆ ਹੋਇਆ, ਮੈਨੂੰ ਇਸ਼ਾਰਾ ਕਰ ਤੋੜਨ ਦਾ। ਪਤਾ ਕੀ ਕਹਿ ਰਹੀ ਹੈ? ਰੱਬ ਦਾ ਵਾਸਲ ਤੋੜ ਦੇ। ਮੈਂ ਫਿਰ ਗੱਲ ਨੂੰ ਟਾਲ ਗਿਆ, ਮੈਂ ਕਿਹਾ ਭਾਗਵਾਨੇ ਦਾਣੇ ਦਾਣੇ ਪੇ ਲਿਖਾ ਖਾਣੇ ਵਾਲੇ ਦਾ ਨਾਮ। ਕਹਿੰਦੀ ਤੁਸੀਂ ਦਾਣੇ ਦਾਣੇ ਦੀ ਗੱਲ ਕਰਦੇ, ਪੂਰੇ ਟੀਪੇ ਦਾ ਮੂੰਹ ਲਾਈ ਬੈਠਾ। ਸੋ ਇਹਦੇ ਨਾਲ ਤਾੜੀਆਂ ਲਾ ਦੇ ਇੱਕ ਵਾਰ ਜੋਰ ਦਾ। ਆਓ ਅਗਲੇ ਰੌਣ ਤੋਂ ਪਹਿਲਾਂ ਜੁਗਤਾਂ ਦੀਆਂ ਫਰਮਾਇਸ਼ਾਂ ਨੇ, ਉਸ ਤੋਂ ਪਹਿਲਾਂ ਇੱਕ ਬਹੁਤ ਪਿਆਰਾ ਗੀਤ। ਜੀ ਹਾਂ, ਕੌਣ? ਬਿੱਲੋ ਜੀ, ਆਵਾਜ਼ ਇਲੈਕਟ੍ਰੀਸ਼ਨ, ਮਲਸੀਆਂ, ਨਰਿੰਦਰ ਸਿੰਘ ਜੀ ਮਲਸੀਆਂ, ਪਹਿਲੇ ਕੁਛ ਗੱਲਾਂ ਕਰਾਂਗੇ। ਥੈਂਕ ਯੂ ਭਾਈ, ਥੈਂਕ ਯੂ, ਜਦੋਂ ਹੁਣੇ ਹੁਣੇ ਪਹੁੰਚੇ ਸਾਡੇ ਕੋਲ। ਆਓ ਜੀ ਇੱਕ ਵਾਰੀ ਪਹਿਲੀ ਤੁਸੀਂ ਤਾੜੀ ਲਾਓ, ਤੁਹਾਡਾ ਉਤਸ਼ਾਹ ਆ ਗਿਆ ਹੁਣ ਇਹਦੇ ਬਸ ਨੂੰ। ਆਓ ਜੀ, ਕੌਣ? ਬਿੱਲੋ ਜੀ। ਸਾਰੀਆਂ ਮੇਰੀਆਂ ਭੈਣਾਂ ਨੂੰ, ਵੀਰਾਂ ਨੂੰ ਅਤੇ ਬੱਚਿਆਂ ਨੂੰ ਪਿਆਰ, ਬਹੁਤ ਹੀ ਪਿਆਰਾ ਅੱਜ ਬਾਬਾ ਜੀ ਦਾ ਦਿਨ ਹੈ, ਜਯੰਤੀ ਦਾ, ਇਸ ਖੁਸ਼ੀ ਦੇ ਮੌਕੇ 'ਤੇ ਸਾਰੇ ਇਕੱਠੇ ਹੋਏ ਹਾਂ। ਸਾਰੇ ਸੌਂਗ ਤੁਹਾਨੂੰ ਸੁਣਾਵਾਂਗੇ। ਗੋਰਾ ਕਾਲਾ ਜਿਵੇਂ ਦੇ ਵੀ ਹੈ, ਇਹ ਦਿਲ ਨੂੰ ਪਿਆਰ। ਮੇਰੇ ਲਈ ਤਾਂ ਗੋਰਾ ਜੰਮਿਆ, ਹੋਰਾਂ ਨੇ ਥੋੜ੍ਹਾ ਕਾਲਾ, ਪਰ ਉਹ ਵੀ ਦਿਲ ਦਾ ਮਾੜਾ ਨਹੀਂ ਹੁੰਦਾ। ਇਹ ਤੁਹਾਡੇ ਵਾਸਤੇ ਸੌਂਗ ਹੈ ਸਾਰਿਆਂ ਵਾਸਤੇ। ਸਾਰਿਆਂ ਨੇ ਤਾੜੀਆਂ ਜ਼ਰੂਰ ਮਾਰੀਆਂ, ਤਾੜੀਆਂ ਦਾ ਮਾਰ ਕੇ ਸਾਨੂੰ ਸਾਥ ਜ਼ਰੂਰ ਦੇਣਾ। ਇਹ ਤੁਹਾਡੀ ਤਾੜੀਆਂ ਹੀ ਸਾਡਾ ਹੌਸਲਾ ਵਧਾਈ ਕਰਦੀ। ਜਿੰਨੀਆਂ ਵੀ ਭੈਣਾਂ ਬੈਠੀਆਂ, ਵੀਰ ਬੈਠੇ ਹਨ, ਇੱਕ ਵਾਰੀ ਜ਼ੋਰਦਾਰ ਤਾੜੀਆਂ ਵਜਾ ਮੇਰੇ ਬਾਬਾ ਜੀ ਦਾ ਨਾਮ, ਮੇਰੀ ਸਾਰੀ ਸੰਗਤ ਦੀ, ਮੇਰੀ ਸਾਰੀ ਟੀਮ ਨੂੰ ਬਹੁਤ ਬਹੁਤ ਸ਼ੁਕਰੀਆ ਨਾ ਤਾੜੀਆਂ ਦਾ। ਹੋਰ ਸਾ
ਸੱਸ ਨਿਸਣ ਕੇ ਮੁੰਡੇ ਜੰਮਲੇ ਹੋਰ ਸਾਰੇ ਸੱਸ ਨਿਸਣ ਕੇ ਮੁੰਡੇ ਸਤਿ ਸ਼੍ਰੀ ਅਕਾਲ।
ਸੱਭਿਆਚਾਰਕ ਰੰਗਾ ਰੰਗ ਪਰਿਵਾਰਕ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਤੁਹਾਡੇ ਸਾਹਮਣੇ ਆਨੰਦ ਮਾਣੋ। ਮੈਂ ਤੀਰਥ ਹੋਰੀ ਹੈਪੀ ਹੋਰੀ ਸਾਰਿਆਂ ਦਾ ਧੰਨਵਾਦੀ ਹਾਂ। ਭੈਣ ਜੀ ਬਹਿ ਜਾਓ। ਹਾਜ਼ਰੀਆਂ ਪਰੋ ਅੱਜ ਆਏ ਹੋਏ ਹੋ ਇਸ ਮੇਲੇ ਦੀਆਂ, ਜਿਉਂਦੀਆਂ ਰਹੋ, ਖੁਸ਼ ਰਹੋ। ਕਲੋ ਜਿਹੜੀ ਗੱਲ ਮੈਂ ਪੇਸ਼ ਕਰ ਰਿਹਾ ਤੁਹਾਡੇ ਸਾਹਮਣੇ, ਫਰਮਾਇਸ਼ ਕਿ ਚੰਗਾ ਲੰਘਦਾ ਵਕਤ ਯਾਰਾਂ ਬੇਲੀਆਂ ਦੇ ਨਾਲ, ਸਾਡੀ ਮਸਤ ਮਲੰਗਾਂ ਦੇ ਫਕਰਾਂ ਦੀ ਚਾਲ, ਅਸੀਂ ਹਰ ਮੋੜ ਉੱਤੇ ਗੱਲਾਂ ਸੱਚੀਆਂ ਸੁਣਾਈਆਂ, ਲੋਕੀ ਨੋਟ ਨਹੀਂ ਕਮਾਉਂਦੇ ਅਸੀਂ ਯਾਰੀਆਂ ਕਮਾਉਂਦੇ, ਲੋਕੀ ਨੋਟ ਨਹੀਂ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ। ਆ ਦੂਰ ਬੈਠੇ ਅਜ਼ੀਜ਼ ਮਿੱਤਰ ਬਜ਼ੁਰਗ ਬਾਈ ਸਭ ਨੂੰ ਮੈਂ ਸੁਣਾ ਰਿਹਾ, ਸੁਣੋ ਬੜੇ ਪਿਆਰ ਦੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਆਇਓ ਜੀ। ਜਿਹੜੇ ਬਜ਼ੁਰਗ ਫਕੀਰ
ਔਲੀਏ ਦੁਨੀਆਂ ਤੋਂ ਚਲੇ ਗਏ ਨੇ, ਉਹਨਾਂ ਬਜ਼ੁਰਗਾਂ ਨੂੰ ਯਾਦ ਕਰਦੇ ਹੋਏ ਇਹ ਲਾਈਨਾਂ ਕਹਿ ਰਹੇ ਹਾਂ ਜਿਹਨਾਂ ਦੀਆਂ ਫੋਟੋਆਂ ਦੇ ਉੱਤੇ ਹਾਰ ਚੜ੍ਹਦੇ ਨੇ। ਜਦੋਂ ਆਪਾਂ ਪਿੰਡ ਆਉਂਦੇ ਹਾਂ ਕਈ ਵਾਰੀ ਦੁੱਖ ਲੱਗਦਾ, ਕਹਿੰਦੇ ਉਹ ਵੀ ਚਲਿਆ ਗਿਆ, ਉਹ ਵੀ ਚਲਾ ਗਿਆ। ਘਰਾਂ ਦੀਆਂ ਕੋਠੀਆਂ ਹਵੇਲੀਆਂ ਇਹ ਤੁਹਾਨੂੰ ਯਾਦ ਕਰਦੀਆਂ ਨੇ। ਉਹ ਭਾਈ ਸੁਣ ਲਓ ਜਿਹੜੇ ਐਨ ਆਰ ਆਈ ਇਸ ਵੇਲੇ ਡਾਇਰੈਕਟ ਦੇਖ ਰਹੇ ਹੋ, ਇਹ ਪਿੰਡਾਂ ਦੀਆਂ ਗਲੀਆਂ ਯਾਦ ਕਰਦੀਆਂ ਨੇ। ਆ ਜਿਆ ਕਰੋ, ਤੁਹਾਡੇ ਨਾਲ ਹੀ ਰੌਣਕਾਂ ਨੇ। ਜਿਵੇਂ ਬਾਬਾ ਬਾਦਸ਼ਾਹ ਦੀ ਹੀਰ ਹੈ ਬਾਈ ਜੀ, ਇਹ ਉਹ ਗੱਲਾਂ ਨੇ। ਮਾਫੀ ਚਾਹੁੰਦਾ ਇੱਦਾਂ ਦੀਆਂ, ਅੱਜ ਦੇ ਮੁੰਡੇ ਵੀ ਚੰਗਾ ਗਾਉਂਦੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਹੋਊਗਾ ਵਾਰਿਸ ਸ਼ਾਹ ਦੀ ਹੀਰ ਦੀ ਕੀ ਤਰਜ਼ ਹੈ, ਮਿਰਜੇ ਦੀ ਕੀ ਤਰਜ਼ ਹੈ, ਪੂਰਨ ਭਗਤ ਦੀ ਕੀ ਤਰਜ਼ ਹੈ, ਮਿਰਜੇ ਦਾ ਕੀ ਬਹਿਰ ਹੈ, ਕੋਲੋਂ ਦੀ ਵੀ ਨਹੀਂ ਲੱਗੇ। ਹਾਂ, ਜੀਨ ਪਾ ਕੇ ਐਨਕਾਂ ਲਾ ਕੇ ਰਾਤ ਨੂੰ ਆ ਕੇ ਟਾਟਾ ਕਰਕੇ 7 ਲੱਖ ਲੈ ਜਾਂਦੀ ਹੈ। ਸਾਡੇ ਦਾਦਾ ਜੀ ਉਹਨਾਂ ਨੇ ਸਾਨੂੰ ਜੋ ਸਿਖਾਇਆ ਉਹ ਪੇਸ਼ ਕਰ ਰਹੇ ਹਾਂ। ਬਾਗ ਸਤਿਆਂ ਸੁਣਾਇਆ ਲੋਕੀ ਕੋਲ ਨਹੀਂ ਆਉਂਦੇ, ਹਸਤੀਆਂ ਦੀਆਂ ਸੁਣਾਇਆ ਲੋਕੀ ਕੋਲ ਨਹੀਂ ਆਉਂਦੇ, ਹਸਤੀਆਂ ਦੀਆਂ ਸੁਣਾਇਆ ਲੋਕੀ ਕੋਲ ਨਹੀਂ ਆਉਂਦੇ।
ਦਾਰੂ ਨਹੀਂ ਛੱਡਦਾ, ਨਸ਼ੇ ਨਹੀਂ ਛੱਡਦਾ। ਕੋਈ ਕਹਿੰਦੀ ਆ ਮੇਰਾ ਘਰ ਵਾਲਾ ਤਾਂ ਸ਼ਰਾਬ ਦੇ ਨੇੜੇ ਨਹੀਂ ਜਾਂਦਾ, ਇਹ ਵੀ ਗੱਲ ਸੁਣਨ ਵਾਲੀ ਹੈ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਬਾਈ।
ਉੱਥੇ ਮੈਂ ਜੀ ਆਏ ਨੂੰ ਆ ਬੈਠੋ। ਹਾਂਜੀ ਉਹ ਕਹਿੰਦੀ ਹੈ ਭਈ ਉਹ ਰਾਤ ਨੂੰ ਨਹੀਂ ਦਾਰੂ ਪੀਂਦਾ ਤੀਰਥ, ਭਈ ਰਾਤ ਨੂੰ ਨਹੀਂ ਪੀਂਦਾ ਪਰ ਜਦੋਂ ਤੜਕੇ ਉੱਠਦਾ ਉਹ ਮੈਂ ਵਰਗੀ ਕੁੜੀਓ ਵਰਗੀ ਕੁੜੀਓ ਵਰਗੀ ਕੁੜੀਓ ਵਰਗੀ ਕੁੜੀਓ ਉੱਠਦਾ ਪੈਗ ਮੰਗਦਾ ਦਾਰੂ ਵਰਗੀ ਕੁੜੀਓ ਉੱਠਦਾ ਪੈਗ ਮੰਗਦਾ ਦਾਰੂ ਵਰਗੀ ਕੁੜੀਓ ਵਰਗੀ ਕੁੜੀਓ ਵਰਗੀ ਕੁੜੀਓ ਉੱਠਦਾ ਪੈਗ ਮੰਗਦਾ ਦਾਰੂ ਇਹੀ ਜੀ ਪੜਾਈ ਹੈ ਪਤਾ ਨੀ ਵਿੱਚ ਕੀ ਬੜਾ ਪਾਤ ਕਾਲੀ ਜੀ ਜੀ ਤੇ ਨੀ ਪਾ ਦਿੱਤੀ ਕਿਤੇ ਤਰਲੋਚਨ ਸਿੰਘ ਜੀ ਜਿਹੜੇ ਉੱਪਰ ਆਪਣਾ ਫਰਜ਼ ਅਦਾ ਕਰਦੇ ਆ ਇਸ ਜਿੰਦਾਈ ਨਾਲ ਤਾੜੀਆਂ ਲਾ ਲਿਆ ਜੀ ਬਹੁਤ ਸਨਮਾਨ ਕਰੇ ਥੈਂਕ ਯੂ ਥੈਂਕ ਯੂ ਮੇਰੇ ਕਰਕੇ ਘਟਾ ਦੋ ਉਹ ਵੀ ਘਟਾ ਦਾ ਫਿਰ ਫੋਨ ਆਇਆ ਕੁਲਵੰਤ ਦਾ ਕਹਿੰਦਾ ਇੱਕ ਮਿੰਟ ਖੜਿਓ ਉਹ ਕਹਿੰਦਾ 10,000 ਮੇਰੇ ਕਰਕੇ ਘਟਾ ਦਿਓ ਮੈਂ ਕਿਹਾ ਪਤੰਦਰਾ ਕਿਤੇ ਏਦਾਂ ਹੀ 10 ਬੰਦੇ ਤਾਂ ਲੱਭਦੇ ਮੈਨੂੰ ਮੁਕਤੀ ਆਉਣਾ ਪੈਣੀ ਪਰ ਮੈਂ ਆ ਗਿਆ ਸੋ ਕੀ ਲਿਖਿਆ ਧਿਆਨ ਦੇ ਜ਼ਰਾ ਚਾਹੇ ਹੋ ਜੇ ਨੁਕਸਾਨ
ਤੇ ਵੰਡ ਤੇ ਨੀ ਪਾਸਾ ਜਿਹੜੀ ਕਰ ਲਈ ਜ਼ਬਾਨਾ ਵੱਡੇ ਫਕੀਰ ਬਾਬਾ ਫਰੀਦ ਸਾਹਿਬ ਤੁਹਾਨੂੰ ਉਹਨਾਂ ਨਾਲ ਜੋੜਦਾ ਜਨਾ ਤੁਸੀਂ ਫੋਟੋ ਦੇਖੀ ਹੋਣੀ ਹੈ ਕਿ ਲਿਵ ਲੱਗੀ ਹੋਈ ਹੈ ਚਿੜੀਆਂ ਉਹਨਾਂ ਦਾ ਸਰੀਰ ਵੀ ਨੋਚ ਨੋਚ ਕੇ ਖਾ ਗਈਆਂ ਆ ਭਾਈ ਕੁੜੀਓ ਬੀਬਾ ਜੀ ਭੈਣ ਜੀ ਮਾਤਾ ਜੀ ਪੁੱਤ ਉਹ ਵੀ ਸੁਣ ਲੈ ਮਰ ਜਾਣਗੀ ਅੱਜ ਕੀ ਲਿਖੇ ਨਾ ਧਿਆਨ ਦੇ ਜਰਾ ਗੁਰਵਿੰਦਰ ਬਰਾੜਾ ਸਾਗਰੀ ਕੀਆਂ ਚੌਥੇ ਗੁਰਵਿੰਦਰ ਬਰਾੜਾ ਸਾਗਰੀ ਕੀਆਂ ਚੌਥੇ ਫਰਮਾਇਸ਼ ਕਰਕੇ ਗਏ ਆ ਜਿਉਣਾ ਮਾਂ ਬਾਹਰ ਵੀ ਆਏਗਾ ਕੁੱਤੇ ਵਾਂਗੂ ਫੂਕੀ ਜਾਂਦੇ
ਤੂੰ ਵੀ ਅੱਜ ਠੀਕ ਜਗ੍ਹਾ ਤੇ। ਥੋੜੀ ਦੇਰ ਬਾਅਦ ਠੀਕ ਹੈ ਭਾਈ, ਕੋਈ ਸਾਰੇ ਨਿਆਣੇ ਦਿਨ ਡਰ ਗਏ ਭਾਈ, ਵੈਸੇ ਉਹ ਉੱਧਰ ਸਾਰੇ ਭੱਜ ਗਏ ਸੀ ਨਿਆਣੇ ਤੋਂ। ਚਲੋ ਕੋਈ ਤੇਰਾ ਪੇਸ਼ ਹੈ, ਇੱਕ ਦੁਬਾਣਾ ਪੇਸ਼ ਕਰਦੇ ਹਾਂ ਪਰਿਵਾਰਕ, ਕਿਉਂਕਿ ਜੇ ਅਸੀਂ ਬੀਬੀ ਉਹਨਾਂ ਨੂੰ ਜ਼ਿਆਦਾ ਬਿਠਾ ਕੇ ਰੱਖੀਏ ਉਹਨਾਂ ਦਾ ਭਾਰ ਵਧਣਾ ਹੀ ਸ਼ੁਰੂ ਹੋ ਜਾਂਦਾ। ਮੈਂ ਚਾਹੁੰਦਾ ਵਧੇ ਨਾ ਘਟੇ, ਤੇ ਇਸ ਲਈ ਉਹਨਾਂ ਨੂੰ ਆਪਾਂ ਲੈ ਕੇ ਹੀ ਆਉਂਦੇ ਹਾਂ। ਆਓ ਜੀ ਮੌਜੂਦ ਸਰਦਾਰ ਹਰਵਿੰਦਰ ਸਿੰਘ ਜੀ, ਥੈਂਕ ਯੂ। ਕਾਬਲ ਸਿੰਘ ਜੀ ਯੂਕੇ, ਹਰਵਿੰਦਰ ਸਿੰਘ ਜੀ ਯੂਕੇ, ਮਲਕੀਤ ਸਿੰਘ ਜੀ ਯੂਕੇ, ਵਾਹ ਕਿਆ ਬਾਤ ਹੈ। ਗੁਰਵਿੰਦਰ ਸਿੰਘ ਜੀ ਸਿੱਧੂ ਸਾਹਿਬ, ਦਿਲਵਾਲ ਸਿੰਘ ਜੀ ਇਟਲੀ, ਕਿਆ ਬਾਤ ਹੈ। ਤੇ ਸ਼ਿਵ ਰਾਮ ਜੀ, ਸੁਲਵੰਤ ਸਿੰਘ ਜੀ ਔਰ ਅਰਜੀਵ ਕੁਮਾਰ ਜੀ, ਜੀਵਨ ਸਿੰਘ ਜੀ, ਕਿਆ ਬਾਤ ਹੈ। ਪਰਮਜੀਤ ਸਿੰਘ ਜੀ 500 ਰੁਪਈਆ, ਕਿਆ ਬਾਤ ਹੈ। ਹਾਂਜੀ ਜਸਵੀਰ ਸਿੰਘ ਜੀ ਖੱਕ, ਪਵਨ ਖੱਕ, ਬਹੁਤ ਸਨਮਾਨ ਕਰਕੇ ਗਏ ਹੈ। ਸਤਨਾਮ ਸਿੰਘ ਜੀ USA ਔਰ ਪ੍ਰਾਣਾ ਸਾਹਿਬ ਪੁੰਨੀਆ ਪਿੰਡ ਤੋਂ ਸਤਨਾਮ ਸਿੰਘ ਜੀ, ਤੇ ਸਾਡੇ ਤੀਰਥ ਭਾਜੀ, ਤੇ ਭਾਜੀ ਇੱਕ ਮਿੰਟ, ਸ਼ਿੰਦਰ ਭਾਜੀ, ਸੋਰੀ ਭਾਜੀ ਮੈਂ ਥੋੜ੍ਹਾ ਜਿਹਾ ਖਿਆਲ ਸੀਗਾ ਨਾ, ਤੀਰਥ ਭਾਈ ਦਸ਼ਿੰਦਰ ਭਾਜੀ ਜੀ ਨੇ ਬਹੁਤ ਸਨਮਾਨ ਕੀਤਾ, ਉਹਨਾਂ ਦੇ ਪੈਰ ਤੋਂ ਸ਼ੁਕਰ ਅਦਾ ਕਰਾਂਗਾ। ਆਓ ਇੱਕ ਦੁਆਣੇ ਦਾ ਰੂਪ ਸੁਨੰਦਰ ਛਿੰਦਾ ਜੀ ਤੇ ਕੌਰ ਬਿੱਲੋ ਜੀ। ਲਓ ਜੀ ਕੁਝ ਖਾਸ ਫਰਮਾਇਸ਼ਾਂ ਜ਼ਰੂਰੀ, ਬਹੁਤ ਜ਼ਰੂਰੀ ਉਹ ਲਾ ਰਹੇ ਹੈ, ਇੱਦਾਂ ਫਰਮਾਇਸ਼ਾਂ ਤਾਂ ਬਹੁਤ ਜ਼ਿਆਦਾ ਲੰਬੀਆਂ ਨੇ। ਕੁਝ ਫਰਮਾਇਸ਼ਾਂ ਇੱਥੇ ਗਾਉਣ ਵਾਲੀਆਂ ਵੀ ਨਹੀਂ, ਉਹ ਟੂਰਨਾਮੈਂਟਾਂ 'ਤੇ ਗਾਉਣ ਵਾਲੀਆਂ ਆਉਂਦੀਆਂ, ਕਿਉਂਕਿ ਅਸੀਂ ਆਪਣਾ ਪਰਿਵਾਰ ਪਹਿਲਾਂ ਦੇਖਣਾ ਹੈ। ਕੀ ਖਿਆਲ ਹੈ ਜੀ, ਆਪਣੇ ਬੱਚੇ ਧੀਆਂ ਧਿਆਣੀਆਂ ਨੂੰ ਸਾਹਮਣੇ ਰੱਖ ਕੇ ਗਏ। ਸੋ ਇਹ ਗੀਤ ਹੈ, ਮਾਂ ਮੇਰੀ ਨੂੰ ਮਿਲ, ਭਲਵਾਨ ਜੀ ਇੱਧਰ ਹੋਏ, ਬੀਬੀ ਹੋਰੀ ਕੋਲ ਖੜੇ ਹੋਣ, ਮੈਂ ਖੜਾ, ਅਸੀਂ ਗਾਉਣ ਵਾਲੇ ਘੱਟ ਲੱਗਦੇ, ਘੋਲਣ ਵਾਲੇ ਜ਼ਿਆਦਾ ਲੱਗਦੇ। ਇਹੋ ਜੀ ਬੀਬੀ ਜਦੋਂ ਵਿਆਹੀ ਆ ਜਾਂਦੀ ਹੈ, ਪਹਿਲੀ ਗੱਲ ਸਾਰੇ ਕਹਿੰਦੇ ਆਹ ਬਈ ਬੰਦੇ ਬੰਦੇ ਬਈ ਲੰਬੜਾਂ ਦੇ ਤਾਂ ਜਿਹੜੀ ਬੀਬੀ ਆਈ ਹੈ ਨਾ, ਚਮਕੀਏ ਦੀਵੇ ਵਰਗੀ। ਕੋਈ ਕਹਿੰਦਾ ਇੱਕ ਨਿਆਣੇ ਨੇ ਦੇਖ ਲਿਆ ਇਹੀ ਜੀ ਨੂੰ, ਕਹਿੰਦਾ ਚਾਚਾ ਜੀ ਜਿਹੜੀ ਉਹਨਾਂ ਦੇ ਆਈ ਉਹ ਤਾਂ ਮੂਤੋ ਆ। ਉਹ ਕਹਿੰਦਾ ਚੁੱਪ ਕਰੋ, ਕਿਸੇ ਨੇ ਹੋਰ ਸੁਣ ਲਿਆ ਇੱਧਰ, ਤਾਂ ਸਾਨੂੰ ਵੀ ਇੱਧਰ ਕਰੇਗਾ। ਪਰ ਕਹਿੰਦੇ ਜਿਹਦਾ ਰੰਗ ਗੋਰਾ ਦਿਲ ਸਾਫ਼ ਹੁੰਦਾ, ਜਿਹਦੀ ਰੂਹ ਚੰਗੀ ਉਹ ਰੱਬ ਦੇ ਨਾਲ ਹੁੰਦੀ ਹੈ। ਸੁਕਾਰ ਵੱਲੋਂ ਤੇ ਮੈਂ ਇੱਕ ਵਿਆਹੀ ਹੋਈ ਜੋੜੀ, ਅਸੀਂ ਨਹੀਂ ਵਿਆਹੇ ਹੋਏ ਹੁਣ ਸਾਡੀਆਂ ਉਮਰਾਂ ਥੋੜ੍ਹੇ ਹੈਗੀਆਂ, ਇੱਕ ਵਿਆਹੀ ਹੋਈ ਜੋੜੀ ਘਰੇ ਕੋਠੀ ਏਦਾਂ ਦੀ ਸੋਹਣੀ ਸੁਨੱਖੀ ਕੋਠੀ ਹੈ ਜਿੱਥੇ ਅਸੀਂ ਚਾਹ ਪੀਂਦੇ ਸੀ ਬੈਠੇ, ਆਪਸ 'ਚ ਗੱਲਾਂ ਕਰਦੇ ਨੇ। ਉਹ ਵਿਆਹ ਪਹਿਲਾਂ 7-7 ਦਿਨ ਰਹਿੰਦੇ ਸੀ, ਅੱਜ ਕੱਲ੍ਹ ਤਾਂ 4 ਘੰਟੇ ਦਾ ਵਿਆਹ ਹੋ ਜਾਂਦਾ, ਅਗਲਾ ਸਿੱਧਾ ਹੀ ਕਹਿ ਦਿੰਦਾ ਉੱਥੇ ਆ ਜਾਓ। ਥੋੜ੍ਹੇ ਦਿਨ ਪਹਿਲਾਂ ਮੈਨੂੰ ਬਾਈ ਜੀ ਤੀਰਥ ਕਿਸੇ ਨੇ ਕਾਰਡ ਵਟਸਐਪ 'ਤੇ ਭੇਜਤਾ ਫੋਟੋ ਖਿੱਚ ਕੇ, ਮੈਂ ਦੇਖਿਆ ਮੈਨੂੰ ਬੜਾ ਗੁੱਸਾ ਚੜਿਆ ਵੀ ਇੰਨਾ ਮੇਰਾ ਮਿੱਤਰ ਆ, ਮੈਨੂੰ ਕਾਰਡ ਉਹਨੇ ਵਟਸਐਪ 'ਤੇ ਖਿੱਚ ਕੇ ਫੋਟੋ ਭੇਜਤਾ।
ਮੈਂ ਵੀ ਚੁੱਪ ਕਰਕੇ 2000 ਦੀ ਫੋਟੋ ਖਿੱਚੀ, ਮੈਂ ਉਹਨੂੰ ਭੇਜਤੀ। ਮੈਨੂੰ ਕਹਿੰਦਾ ਤੁਸੀਂ ਸ਼ਗਨ ਨਹੀਂ ਦੇਣ ਆਏ। ਮੈਂ ਕਿਹਾ ਤੂੰ ਕਾਰਡ ਦੇਣ ਆਇਆ ਸੀ, ਜਿਹਾ ਜਿਹਾ ਤੂੰ ਕਰਦਾ ਉਹ ਜਿਹਾ ਮੈਂ ਕਰਦਾ। ਸੁਣ ਲਈ ਗੱਲ ਬਾਹਰ ਲਿਓ, ਇੰਨਾ ਰਾਈਓ ਸੁਣ ਲਓ। ਲਓ ਇਹੋ ਜਿਹੀ ਬੀਬੀ ਸੋਹਣੀ ਸੁਨੱਖੀ ਤੇ ਮੁੰਡਾ ਆਪਸ ਗੱਲਾਂ ਕਰਦੇ ਆ ਵੀ ਜਦ ਮੈਂ ਤੇਰੇ ਪਿੰਡ ਗਿਆ ਸੀ ਕੀ ਗੱਲਾਂ ਹੁੰਦੀਆਂ ਸੀ। ਉਹ ਕਹਿੰਦੀ ਗੱਲਾਂ ਕੀ ਹੋਣੀਆਂ, ਸਾਰੇ ਕਹਿੰਦੇ ਸੀ ਮੁੰਡਾ ਬੜਾ ਸੋਹਣਾ ਸੁਨੱਖਾ ਆ, ਕਿਆ ਵਾ ਸਿੱਧੇ ਵਰਗੀ। ਕਹਿੰਦੀ ਜਦੋਂ ਮੈਂ ਆਈ ਹਾਂ, ਕਹਿੰਦਾ ਤੂੰ ਪਿੰਡ 'ਚ ਕਾਹਦੀ ਆਈ ਹੈ, 3 ਦਿਨ ਹੋ ਗਏ ਲਾਈਟ ਹੀ ਨਹੀਂ ਆਈ, ਚਾਰੇ ਪਾਸੇ ਹਨੇਰਾ ਹੀ ਹਨੇਰਾ, ਪਰ ਤੇਰਾ ਚਾਨਣਾ ਇੰਨਾ ਲੋੜ ਨਹੀਂ ਲਾਈਟ ਦੀ। ਸੋ ਕੀ ਸਿਰਤਾ ਕਰਦੇ ਨੇ ਪਰਿਵਾਰਕ ਦੁਕਾਨਾਂ। ਤੇਰੇ ਵਰਗੀ ਰੰਗ ਸੁਨੱਖੀ ਨਾ ਕੋਈ ਪਿੰਡ ਚ ਹੋਰੇ, ਤੇਰੇ ਵਰਗੀ ਰੰਗ ਸੁਨੱਖੀ ਨਾ ਕੋਈ ਪਿੰਡ ਚ ਹੋਰੇ, ਤੇਰੇ ਵਰਗੀ ਰੰਗ ਸੁਨੱਖੀ ਨਾ ਕੋਈ ਪਿੰਡ ਚ ਹੋਰੇ। ਸਿੱਟ ਕੇ ਗਿਆ ਮੈਂ ਦੱਸਣਾ ਤਾਂ ਧਿਆਨ ਦੇ ਵੀਰ ਗਾ।
ਜਦੋਂ ਕੁੜੀ ਤੇ ਪਟਾ ਚੜ੍ਹਨਾ ਫਿਰ ਦੇਖੀ ਜਿਹੜਾ ਬਾਸ਼ਰਾ ਨਹੀਂ ਟੁੱਟਦੀ ਇੱਧਰ ਵੀ ਸਿੱਖਣਾ
ਨਵਾਂ ਲੈ ਲਿਆ ਟਰੱਕ ਤੇ ਇਹੀ ਵੱਡੀਆਂ ਫਰਮਾਇਸ਼ਾਂ ਨੇ ਕਿਉਂ ਮੋਜੀ ਸਾਹਿਬ ਤੇ ਬਹੁਤ ਵਧੀਆ ਮਾਹੌਲ ਅੱਛਾ ਮਾਹੌਲ ਹੈ ਤੇ ਲਓ ਆਓ ਜੀ ਚਾਹ ਦਾ ਗਿਲਾਸ ਕਿਉਂਕਿ ਆਹ ਟਾਈਮ ਚਾਹ ਦਾ ਤਲੋਚਨ ਸਿੰਘ ਕਿੱਥੇ ਚਲੇ ਗਿਆ ਪਾ ਰਿਹਾ ਯਾਰ ਡੋਲੂ ਚੋਂ ਚਾਹ ਦੋਨੂੰ ਜਾਣੀ ਦੇਖ ਲਓ ਲੱਖ ਬੋਤਲਾਂ ਬਣ ਗਈਆਂ ਥਰਮੋਸ ਬੋਤਲਾਂ ਪਰ ਜਿਹੜਾ ਡੋਲੂ ਦੇ ਚਾਹ ਦਾ ਸਵਾਦ ਹੈ ਨਾ ਖੇਤਾਂ 'ਚ ਵੱਟ 'ਤੇ ਬਹਿ ਕੇ ਪੀਣ ਦਾ ਉਹ ਨਜ਼ਾਰਾ ਹੀ ਹੋ ਗਿਆ ਸੋ ਮੈਂ ਅਜੇ ਤਾਂ ਉਹ ਪਿਛੋਕੜ ਭੁੱਲਿਆ ਬਾਈ ਜੀ ਬੈਠੇ ਹੋ ਤੁਹਾਡੇ ਪੈਰਾਂ ਦੀ ਸੁਣ ਅੱਜ ਕੱਲ੍ਹ ਦੇ ਨਿਆਣਿਆਂ ਨੇ ਉਹ ਪੁਰਾਣੇ ਖੇਤਾਂ ਦੇ ਉਹ ਨਜ਼ਾਰੇ ਨਹੀਂ ਦੇਖੇ ਹੁੰਦੇ ਜਦੋਂ ਸੁਹਾਗਾ ਫੇਰਦੇ ਸੀ ਤੇ ਨਿਆਣਿਆਂ ਨੂੰ ਕਹਿੰਦੇ ਸੀ ਸੁਹਾਗੇ ਦੇ ਪਿੱਛੇ ਡਿੱਗ ਪਿਓ ਕਿਤੇ ਕੰਜੇ ਤੇ ਪੂਰੇ ਨਾ ਡਿੱਗ ਪਿਓ ਅੱਜ ਉਹ ਸੁਹਾਗੇ ਵੀ ਨੇ ਉਹ ਗੱਲਾਂ ਨੇ ਹੈ ਜੀ ਪਰ ਉਹ ਅਸਲੀ ਕਲਚਰ ਸੀ ਭੈਣ ਜੀ ਇੱਕ ਵਾਰੀ ਤਾੜੀਆਂ ਵਜਾਓ ਤੁਸੀਂ ਸ਼ਾਬਾਸ਼ ਇੱਕ ਤਾੜੀਆਂ ਭੈਣਾਂ ਵਜਾਉਣਗੀਆਂ ਇੱਕ ਤੁਸੀਂ ਜਿਹੜੀ ਪਾਰਟੀ ਜਿੱਤ ਗਈ ਆ 9 ਤੋਲਿਆਂ ਦਾ ਕੜਾ ਉਹਨੂੰ ਦੇ ਦੇਣਾ ਲਓ ਫਿਰ ਬਾਬਿਆਂ ਨੂੰ ਯਾਦ ਕਰਕੇ ਇੱਕ ਵਾਰੀ 1 2 3
ਇੱਕ ਮੌਕਾ ਹੋਰ, ਤੁਸੀਂ ਵੀ ਰਲ ਜਾਓ ਇਸ ਪਾਸੇ ਆਪ ਪਾਰਟੀ, ਠੀਕ ਹੈ? 1 2 3 ਇੱਧਰ ਤੁਹਾਡੇ ਵੱਲ ਇੱਕ ਪਾਰਟ, ਸਾਡੀ ਆ ਵੀ ਵੋਟ ਹੈਗੀ ਨੇ, 100 ਵੋਟਾਂ ਵਰਗੀ ਕੋਈ ਵੋਟ ਹੈ। ਹਾਂਜੀ, ਤਾੜੀਆਂ ਕੱਟ ਕੇ 1 2 3 ਲਓ ਵੀ ਪਾਰਟੀ, ਭੈਣਾਂ ਵੀ ਜਿੱਤ ਗਈਆਂ, ਸੋਹਣੀ ਤਾੜੀ ਵੀ ਆਈ ਹੈ, ਪਰ ਅੱਜ ਜਿੱਤ ਇੱਧਰਲੇ ਪਾਸੇ ਹੋ ਗਈ, ਤੁਸੀਂ ਵੀ ਵਜਾ ਦਿਓ ਤਾੜੀ। ਇਸ ਲਈ ਜਿਹੜਾ ਇਹ ਕੜਾ ਹੈ ਤੀਰਥ ਮਾਏ ਦਿੰਦਾ ਨਹੀਂ ਕਿਸੇ ਨੂੰ, ਏਦਾਂ ਦਾ ਮੈਂ ਕੜੇ ਬਣਦਾ ਬਣਦਾ ਇੱਕ ਦਿਨ ਮੇਰੇ ਕੋਲ ਮੁੱਦੀ ਵੀ ਨਹੀਂ ਰਹਿਣੀ। ਉਹ ਭੈਣ ਜੀ ਹੈਗਾ ਹੀ ਪਿੱਤੜਦਾ, ਤੈਨੂੰ ਕੀ ਪਤਾ, ਸਮਝਿਆ ਕਰ ਮੇਰੀਏ ਭੈਣੇ, ਕਈ ਵਾਰੀ ਟਾਈਮ ਪਾਸ ਨੂੰ ਕੜੇ ਦਾ ਪਿੱਤਲ ਦਾ ਵੀ ਬੋਲਣਾ ਪੈਂਦਾ। ਦਿਲੋਂ ਪੇਸ਼ ਕਰ ਰਹੇ ਹਾਂ, ਚਾਹ ਦਾ ਟਾਈਮ ਹੈ, ਚਾਹ ਦਾ ਗਿਲਾਸ ਫੜਾਉਂਦੀ ਦਾ, ਕਿਤੇ ਚਾਹ ਫੜਾਉਣ ਆਈ ਸੀ ਉਹ ਜੇਠ ਦੀ ਤੇ ਮਾਸੀ ਪੈਰੀ ਪਹਿਨਾ, ਮਾਸੀ ਜੀ, ਮਾਸੀ ਜੀ ਪੈਰੀ ਪਹਿਨਾ, ਮੈਨੂੰ ਮੈਨੂੰ ਰੋਣਾ ਆ ਗਿਆ। ਮੇਰੀ ਇੱਕ ਮਾਸੀ ਬਿਲਕੁਲ ਇਹੋ ਜਿਹੀ ਸੀ, ਉਹ ਤਾਂ ਉੱਪਰ ਚਲੀ ਗਈ, ਰੱਬੇ ਨੂੰ ਉਮਰ ਦੇਵੇ ਬਖਸ਼ੇ, ਮੈਂ ਤਾਂ ਇਹੀ ਦੁਆ ਕਰਦਾ। ਹਾਂਜੀ ਸੁਣ ਕੇ ਜਰਾ, ਸ਼ੇਰ ਰੋਡ ਕਰ ਲਓ ਕੱਢੋ ਫੋਨ, ਨਹੀਂ ਅੱਜ ਕੱਲ ਦੇ ਮੁੰਡੇ ਪਾਉਂਦੇ, ਇਹ ਕਿਸੇ ਨੂੰ ਚੇਤੇ ਨੀ ਪੁਰਾਣੀਆਂ। ਤੀਰਥ ਤੈਨੂੰ ਤਾਂ ਮੈਂ ਗਾ ਕੇ ਘਰੇ ਭੇਜ ਦਿੰਦਾ। ਹਾਂਜੀ, ਦਾਲ ਬਸ ਖਾ ਸ਼ਹਿਰ ਲਾਹੌਰ ਅੰਦਰ, ਕਿੰਨੇ ਬੂਹੇ ਲਿਖਦੀਆਂ ਪਾਰੀਆਂ, ਸਤਿ ਸ਼੍ਰੀ ਅਕਾਲ, ਆਸ਼ੀਰਵਾਦ ਦੇ ਕੇ ਗਏ ਨੇ ਤੁਹਾਡੇ ਲਈ, ਵੀ ਅਰਦਾਸ ਕਰਕੇ ਗਏ ਨੇ, ਤੁਸੀਂ ਹੋਰ ਮੋਟੇ ਹੋ ਜਾਓ, ਦੁਨੀਆਂ ਦੇ ਉੱਤੇ ਹੋਰ ਐਸਾ ਹੀ ਰੋਹ ਪਾਓ। ਆ ਮੇਰੀ ਬਿਲਕੁਲ ਛੋਟੀ ਭੈਣ ਲੰਮੇ ਪਿੰਡ ਵਾਲੀ, ਤੇਰੇ ਸਿਰ ਇਹ ਹੁਣ ਤੂੰ ਲੈ ਜਾ, ਕੋਈ ਨੀ ਅੱਜ ਲੈ ਜਾ, ਲੈ ਫਟ ਫਟ, ਕੋਈ ਨੀ। ਉਹ ਭੈਣ ਜੀ ਟਾਈਮ ਨੀ ਖਰਾਬ, ਫਿਰ ਬੈਠ, ਹਾਂਜੀ ਮੈਂ ਮਿਲਦਾ ਤੂੰ ਦਾਲ ਦਾ ਸਿਖਾ ਸ਼ਹਿਰ ਲਾਹੌਰ ਅੰਦਰ, ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨਾਲੇ ਦੱਸਦੇ ਉੱਥੇ ਦੀਆਂ ਕੁੱਲ ਇੱਟਾਂ, ਕਿੰਨੀਆਂ ਟੁੱਟੀਆਂ ਤੇ ਕਿੰਨੀਆਂ ਸਾਰੀਆਂ ਨੇ। ਇਸ ਗੱਲ ਦਾ ਜਵਾਬ ਮੈਨੂੰ ਉੱਥੇ ਵਿਆਹੀਆਂ ਤੇ ਕਿੰਨੀਆਂ ਕੁਆਰੀਆਂ ਨੇ, ਜੀਨਾ ਖੂਹੀਆਂ ਭਰਨ ਮਹਿਬੂਬ ਪਾਣੀ, ਉਹੀ ਮਿੱਠੀਆਂ ਤੇ ਬਾਕੀ ਖਾਰੀਆਂ ਨੇ।
ਬੀਬੀ ਜੀ, ਭੈਣ ਜੀ, ਸਰਪੰਚ ਸਾਹਿਬਾਨ, ਪ੍ਰਣਾਮ, ਸਤਿ ਸ਼੍ਰੀ ਅਕਾਲ। ਇਲਾਕੇ ਦਾ ਮਾਣ ਸਤਿਕਾਰ ਸਾਡਾ ਮਾਣ ਕਰਕੇ ਗਏ ਨੇ ਦਾਤਾ ਜੀ ਨੂੰ, ਅਤੇ ਮਿਹਰ ਰੱਖਣਾ ਮੈਂ ਦੁਆਰਾ ਤਾਰੀਆਂ ਵੀ ਆਉਂਦਾ। ਉਹੀ ਵਿਆਹੀਆਂ ਤੇ ਬਾਕੀ ਕੁਆਰੀਆਂ ਨੇ। ਸਾਊਂਡ ਬਹੁਤ ਵਧੀਆ, ਪ੍ਰੋਬਲਮ ਇੱਕੋ ਹੀ ਅੱਜ ਤੱਕ, ਉਹ ਵੀ ਖੋਲਦਾ ਸੀ। ਅਗਲੇ ਪ੍ਰੋਗਰਾਮ ਦੇ ਲਈ ਤੇਰੀ ਲਾਉਣੀ ਹੈ, ਇਹ ਕੌਲਮ ਉੱਥੇ ਲਾਉਣਾ ਚਾਹੀਦਾ ਸੀ, ਇੱਥੇ ਹੀ ਗੂੰਜੀ ਜਾਂਦਾ ਸਾਰਾ ਕੁਛ। ਬਹੁਤ ਅੱਛੀ ਹੈ, ਤਾੜੀਆਂ ਵੀ ਆਵੇ ਦਿਨ ਹੁੰਦੀ। ਦੇਖ ਲਓ ਮੁੰਡਾ ਕਿੰਨਾ, ਇਹਦੀ ਦਾੜੀ ਦੇਖੋ ਜਿਵੇਂ ਕੂੜੀ ਨੂੰ ਸਾਗ ਲੱਗਿਆ ਬੰਦਾ, ਉਹ ਜ਼ਿਆਦਾ ਨਹੀਂ ਮੈਂ ਗੱਲਾਂ ਕਰਦਾ। ਦੁਨੀਆਂ ਤੇ ਕਈ ਚੀਠਾਂ ਵਰਗੇ ਬੈਠੀ ਆ, ਸਮਝ ਆ ਗਈ ਗੱਲ। ਪਿਛਲੇ ਹਾੜ ਦਾ Thank you.
ਚੱਟ ਮਾਰ ਕੇ ਕਟੋਰੇ ਵਾਂਗ ਸਤਿਕਾਰ ਆਪਣੇ ਵੱਡੇ ਬਾਈ ਨੂੰ ਦੇ ਰਹੀ ਹਾਂ। ਜਿਉਂਦੇ ਹੋ, ਖੁਸ਼ ਰਹੋ, ਲਾ ਤੁਹਾਡੀ ਫਰਮਾਇਸ਼ ਚਾਹ ਚ ਯਾਰ ਕਿਤੇ ਦੂਜਾ ਮਾਲ ਪਹਿਲਾਂ ਵੀ ਭਾਤਾ ਸੀ। ਚੱਲ ਕੋਈ ਨੀ, ਮੈਂ ਨੀ ਛੱਡਦਾ। ਇੱਕ ਗੱਲ ਕਰ ਮੜ ਜਾ ਕੈਮ ਤੀਰ ਤੋਰ ਕੇ ਯਾਰ ਤੇ ਕਾਪ ਕਦੇ ਫੋਨ ਨਹੀਂ ਕੀਤਾ ਆਪ ਕਬੱਡੀ ਦਾ। ਮੈਂ ਤੈਨੂੰ ਦੋ ਵੀਡੀਓ 'ਚ ਲੈਣਾ ਸੀ, ਮਿਲਿਆ ਲੱਭਿਆ ਨੀ, ਸੌਣ ਹੁਣ ਮਿਲੀ ਆ ਵੀਡੀਓ ਬਣ ਜਾ ਇਸ਼ਕ ਦੀ ਕਿਤਾਬ ਉਹਦੇ 'ਚ ਲੈ ਲਈ ਖਰਾ ਹੋ ਗਏ ਤਾਂ ਕਹਿ ਖੜ ਜਾ ਤਾੜੀਆਂ ਵਜਾਓ ਯਾਰ ਆਇਆ। ਇਸ਼ਕੇ ਦੀ ਕਿਤਾਬ ਦੇ ਵਿੱਚ ਇਹਦਾ ਇੱਕ ਬੜਾ ਇੰਪੋਰਟੈਂਟ ਮੈਂ ਰੋਲ ਲਿਖਿਆ। ਮੈਂ ਚਾਹੁੰਦਾ ਇੱਦਾਂ ਦੇ ਸੁਨੱਖੇ ਜਵਾਨ ਅੱਗੇ ਆਉਣੇ ਚਾਹੀਦੇ ਹੋ, ਇਹਨਾਂ ਨੂੰ ਮੌਕਾ ਅਸੀਂ ਲੋਕਾਂ ਨੇ ਦੇਣਾ। ਕੱਲ੍ਹ ਨੂੰ ਹਿੱਟ ਹੋ ਗਏ ਯਾਦ ਕਰਨਗੇ, ਇਹਨਾਂ ਦੇ ਨਿਆਣੇ ਵੀ ਸਾਨੂੰ ਸਲੂਟ ਕਰਨਗੇ। ਥੈਂਕ ਯੂ ਵੈਰੀ ਮਚ, ਆ ਜਾ। ਥੈਂਕ ਯੂ ਜੀ। ਮੈਨੂੰ ਸੱਚੀ ਗੱਲ ਯਾਦ ਆ ਗਈ ਹੈ ਕਿਉਂਕਿ ਮੈਂ ਕੋਈ ਵੀ ਗੱਲ ਕਰਦਾ ਨਾ ਉਹਦੀ ਸੱਚਾਈ ਹੁੰਦੀ ਹੈ। ਦੂਸਰੀ ਗੱਲ ਆ, ਮੈਂ ਕਿਸੇ 'ਤੇ ਲਾ ਕੇ ਗੱਲ ਨਹੀਂ ਕਰਦਾ। ਜੋ ਵੀ ਹੁੰਦੀ ਹੈ ਕੋਈ ਨਾ ਕੋਈ ਗੱਲ ਮੇਰੇ 'ਤੇ ਜ਼ਰੂਰ ਬੀਤੀ ਹੁੰਦੀ ਹੈ, ਜਿਹੜੀ ਮੇਰੇ ਨਾਲ ਬੀਤੀ ਹੈ ਤਾਂ ਕਿਤੇ ਨਾ ਕਿਤੇ ਬੀਤੀ ਹੁੰਦੀ ਹੈ। ਆਹ ਥੋੜ੍ਹੇ ਕੁ ਦਿਨਾਂ ਦੀ ਗੱਲ ਹੈ ਜੀ, ਖੰਨਾ ਮੰਡੀ ਦੇ ਵਿੱਚ ਸਾਡਾ ਇੱਕ ਬਹੁਤ ਵੱਡਾ ਪ੍ਰੋਗਰਾਮ, ਕੁਲਵੰਤ ਭਾਜੀ ਬਹੁਤ ਵੱਡਾ ਪ੍ਰੋਗਰਾਮ, ਹਫ਼ਤਾ ਹੋ ਗਿਆ ਪ੍ਰੋਗਰਾਮ ਇਸੇ ਤਰ੍ਹਾਂ ਚੱਲ ਰਿਹਾ, ਬੜਾ ਇਕੱਠ ਪੂਰਾ ਇਕੱਠ ਮੰਡੀ ਦੇ ਵਿੱਚ ਇਸੇ ਤਰ੍ਹਾਂ ਹੀ ਪ੍ਰੋਗਰਾਮ ਚੱਲ ਰਿਹਾ। ਪ੍ਰੋਗਰਾਮ ਚੱਲਦੇ ਨੂੰ ਅੱਧਾ ਘੰਟਾ ਹੋ ਗਿਆ ਅਤੇ ਇੱਕ 60-65 ਸਾਲ ਦੀ ਮਾਤਾ ਮੇਰੇ ਕੋਲ ਆਈ, ਮੈਨੂੰ ਕਹਿਣ ਲੱਗੀ ਪੁੱਤ ਮੌਜੀ ਪ੍ਰੋਗਰਾਮ ਬੰਦ ਕਰ ਦੇ ਅਤੇ ਸਰਦਾਰ ਬੰਤਾ ਸਿੰਘ ਨੂੰ ਆਵਾਜ਼ ਮਾਰ, ਜੇ ਕਿਤੇ ਬੈਠਾ ਹੋਵੇ ਨੇੜੇ ਤੇੜੇ ਤਾਂ ਸਾਊਂਡ ਦੇ ਕੋਲ ਆ ਜਾਵੇ। ਮੈਂ ਭਾਜੀ ਨੂੰ ਕਿਹਾ, ਮੈਂ ਕਿਹਾ ਭਾਜੀ ਛੋਟੀ ਜਿਹੀ ਅਨਾਊਂਸਮੈਂਟ ਕਰਨੀ, ਕਹਿੰਦੇ ਕਰ ਲਾ। ਮੈਂ ਅਨਾਊਂਸਮੈਂਟ ਕੀਤੀ, ਮੈਂ ਕਿਹਾ ਸਰਦਾਰ ਮੰਤਾ ਸੋਜੀ ਜਿੱਥੇ ਕਿਤੇ ਬੈਠੇ ਹੋਣ ਉਹ ਸਾਊਂਡ ਦੇ ਕੋਲ ਆ ਜਾਣ, ਉਹਨਾਂ ਨੂੰ ਮਾਤਾ ਜੀ ਯਾਦ ਕਰ ਰਹੇ ਹੈ। ਇੰਨੀ ਦੇਰ ਨੂੰ ਪ੍ਰੋਗਰਾਮ ਚੱਲਿਆ, ਅੱਧਾ ਘੰਟਾ ਪ੍ਰੋਗਰਾਮ ਫਿਰ ਚੱਲਿਆ, ਮਾਤਾ ਨੇ ਡੰਡਾ ਹੱਥ 'ਚ ਫੜਿਆ ਹੋਇਆ ਲਾਲ ਬਰੋਲਾ ਹੋਈ ਹੋਈ ਮੇਰੇ ਕੋਲ ਆ ਗਈ। ਮੈਨੂੰ ਕਹਿੰਦੀ ਤੈਨੂੰ ਸੁਣਿਆ ਨਹੀਂ,
ਤੈਨੂੰ ਕਿੰਨੀ ਵਾਰ ਕਿਹਾ ਕਿ ਸਦਾ ਬੰਦਾ ਸੁਣ ਆਵਾਜ਼ ਮਾਰ। ਮੈਂ ਕਿਹਾ ਮਾਤਾ ਜੀ ਮੈਂ 10-15 ਵਾਰੀ ਆਵਾਜ਼ ਮਾਰ ਚੁੱਕਾ, ਇੱਕ ਵਾਰੀ ਫੇਰ ਬੁਲਾ ਲੈਂਦਾ। ਮੈਂ ਫੇਰ ਆਵਾਜ਼ ਮਾਰੀ, ਮੈਂ ਕਿਹਾ ਸਰਦਾਰ ਬੰਦਾ ਸੋਗੀ ਜਿੱਥੇ ਕਿਤੇ ਬੈਠੇ ਉਹ ਸੌਣ ਦੇ ਕੋਲੇ ਆ ਜਾਣ, ਉਹਨਾਂ ਨੂੰ ਮਾਤਾ ਦੀ ਯਾਦ ਕਰ ਰਹੇ ਹੈ। ਇੰਨੀ ਕੁ ਦੇਰ ਨੂੰ 95 ਸਾਲ ਦਾ ਬੁੜਾ ਉੱਠਿਆ, ਕੁਰਸੀ ਤੇ ਖੜਾ ਹੋ ਗਿਆ। ਪਤਾ ਕਹਿੰਦਾ ਆ ਬੁੜਿਆ ਕੀ ਗੱਲ ਨੇ ਬੁੜਬੁੜ ਲਾਈ ਆ। ਅੱਗੋਂ ਮਾਤਾ ਜੀ ਪਤਾ ਕੀ ਕਹਿੰਦੇ, ਬਹਿ ਜਾ ਮੈਂ ਆਈ ਉਹ ਦੇਖਣਾ ਸੀ ਕਿਤੇ ਜਨਾਨੀ ਵਾਲੇ ਪਾਸੇ ਨਾ ਬੈਠਾ ਹੋਵੇ। ਸ਼ੱਕ ਹੈ, ਸ਼ੱਕ ਨਾ ਕਰਿਆ ਕਰੋ ਕਦੇ, ਕਿਉਂਕਿ ਸ਼ਿੰਦਾਈ ਬਹੁਤ ਵਧੀਆ ਲਾਈਨਾਂ ਗਈਆਂ ਨੇ। ਸ਼ੱਕ ਨਾ ਕਰੋ, ਇਹ ਪਤਾ ਕਰੋ ਸੱਚ ਦਾ ਅੰਤ ਬੁਰਾਏ ਲੋਕੋ ਹੁੰਦਾ ਸ਼ੱਕ ਦਾ। ਸਾਡੀਆਂ ਧੀਆਂ ਬੈਠੀਆਂ ਨੇ, ਭੈਣਾਂ ਬੈਠੀਆਂ ਨੇ, ਬੱਚੀਆਂ ਬੈਠੀਆਂ ਨੇ, ਇਹਨਾਂ ਦੇ ਬਾਰੇ 2 ਲਾਈਨਾਂ ਕਹਾਂਗਾ, ਕਿਉਂਕਿ ਮੁੰਡਿਆਂ ਨਾਲੋਂ ਤਰੱਕੀ ਕਰ ਚੁੱਕੀਆਂ ਨੇ ਅੱਜ ਦੀਆਂ ਕੁੜੀਆਂ, ਅੱਗੇ ਲੰਘ ਗਈਆਂ ਨੇ, ਜੱਜ ਬਣ ਗਈਆਂ, ਪਾਇਲਟ ਬਣ ਗਈਆਂ, ਕਬੱਡੀ ਕ੍ਰਿਕਟ ਖੇਡ ਕੇ ਵੱਡੇ ਵੱਡੇ ਮੈਡਲ ਹਾਸਲ ਕੀਤੇ ਹੈ। ਇਹਨਾਂ ਬੱਚੀਆਂ ਦੇ ਨਾਂ ਦੀ ਪਹਿਲਾਂ ਤਾੜੀ ਲਾਓ, ਇੱਕ ਵਾਰ ਜ਼ੋਰ ਲਾ। ਗੋਲੀ ਨੇ ਕਹਾਂਗਾ ਕਿ ਹੋਇਆ ਕੀ ਜੇ ਚਰਖਾ ਨਹੀਂ ਕੱਤਣਾ ਆਉਂਦਾ, ਹੋਇਆ ਕੀ ਜੇ ਚਰਖਾ ਨਹੀਂ ਕੱਤਣਾ ਆਉਂਦਾ, ਟਰੱਕ ਗੱਡੀਆਂ ਜਹਾਜ਼ ਤਾਂ ਚਲਾਉਣ ਕੁੜੀਆਂ, ਲੈ ਕੇ ਨੰਬਰ ਚੰਗੇ ਸਕੂਲਾਂ ਤੇ ਕਾਲਜਾਂ ਵਿੱਚੋਂ, ਮਾਣ ਮਾਪਿਆਂ ਦਾ ਸਦਾ ਹੀ ਵਧਾਉਣ ਕੁੜੀਆਂ, ਵਿਆਹ ਸ਼ਾਦੀਆਂ ਚ ਪਾਉਂਦੀਆਂ ਨੇ ਰੱਜ ਰੱਜ ਭੰਗੜੇ, ਤੇ ਗਿੱਧਿਆਂ ਚਲਾਉਣ ਦਾ ਵੀ ਲਾਉਣ ਕੁੜੀਆਂ। ਪਰ ਮੌਜੀ ਆਖਦਾ ਜੇ ਇੱਕ ਗੱਲ ਮੰਨ ਲੈ ਮੇਰੀ, ਕਦੇ ਸੱਸ ਨੂੰ ਨਾ ਘੋਟਣਾ ਦਿਖਾਉਣ ਗੁਰੂ, ਸੱਸ ਮਾਂ ਦਾ ਦੂਜਾ ਰੂਪ ਹੁੰਦਾ ਜਿੱਥੇ ਜਾ ਕੇ ਜ਼ਿੰਦਗੀ ਬਤੀਤ ਕਰਨੀ ਹੈ, ਮਾਵਾਂ ਦੇ ਨਾਲ ਹੀ ਤਾੜੀ ਲਾ ਦਿਓ ਇੱਕ ਵਾਰ ਜ਼ੋਰਦਾਰ, ਆਓ ਜਿਉਣਾ ਮਾਓ ਪੇਸ਼ ਕਰ ਸੰਦਰ ਛਤਾੜੀ। ਸੱਸ ਨੂੰ ਨਾ ਘੋਟਣਾ ਦਿਖਾਉਣ ਕੁੜੀ, ਸਹੀ ਗੱਲ, ਬਹੁਤ ਵਧੀਆ ਗੱਲ ਸੀ, ਪਰ ਇਹਦੀ ਘਰ ਵਾਲੀ ਇਹਨੂੰ ਘੋਟਣੀ ਨਾਲ ਹੀ ਘੋਟਣੀ ਹੈ। ਮੈਂ ਤੈਨੂੰ ਫੋਟੋ ਵੀ ਦਿਖਾ ਸਕਦਾ, ਔਰ ਇਹ ਖਾਂਦਾ ਕਿਉਂਕਿ ਇਹਨੂੰ ਸ਼ੌਕ ਹੈ ਇਹੋ ਜਿਹੇ ਸ਼ੁਭ ਕੰਮ ਨੂੰ। ਲਾ ਜੀ ਜਿਉਣਾ ਮਾੜ, ਜਿਹਦਾ ਫਰਮਾਇਸ਼ ਹੈ ਇਲਾਕੇ ਦੀ ਤਾਂ ਦੱਸ ਦਿਓ, ਨਹੀਂ ਤਾਂ ਬਦਲ ਦਿਓ, ਕਿਉਂਕਿ ਮੇਰਾ ਟਾਈਮ 1.5 ਘੰਟੇ ਦਾ ਸੀ, ਤੁਹਾਡਾ ਪਿਆਰ ਦੇ ਕੇ 2 ਘੰਟੇ ਹੋ ਚੁੱਕੇ ਨੇ, ਅਜੇ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਹਟਾਂ ਜਾਂ ਨਾ ਹੀ ਹਟਾਂ। ਦੇਖੀ ਜੋ ਦੇਖੀ ਚੱਲੂ, ਸਿਰਫ ਇਹ ਹੈ ਬੀਬੀ ਉਹਨਾਂ ਨੂੰ ਗੁਰੂ ਕੋਸ ਲੱਗਣ ਵਾਲਾ ਨਾ ਹੋ ਜੀ, ਬਾਕੀ ਕੋਈ ਗੱਲ। ਆਓ ਜੀ ਇਹਦਾ ਮਾਮਾ ਜਿਉਣੇ ਮੌੜ ਚ ਬਾਣੀਆਂ ਬਣਿਆ ਸੀ ਅਸਲੀ, ਉਹ ਤਾਂ ਦੁਨੀਆਂ ਤੋਂ ਚਲਾ ਗਿਆ, ਪਰ ਉਹਦੀ ਜਗ੍ਹਾ ਕਾਪੀ ਕਰਦਾ ਅੱਜ ਕੱਲ੍ਹ ਗੋਲਡੀ ਚੌਹਾਨ, ਬਹੁਤ ਮੇਰਾ ਪਿਆਰਾ ਸ਼ਗਿਰਦ ਹੈ। ਮੈਂ ਚਾਹੁੰਦਾ ਚਮਕੀਲੇ ਵਾਂਗੂ ਇਹਦਾ ਵੀ ਦੁਨੀਆਂ ਤੇ ਨੂੰ ਮੇਰੀ ਇੱਛਾ। ਹਾਂਜੀ ਜਿਉਣਾ ਮੌੜ ਬਾਣੀਏ ਦੀ ਹੱਟ ਤੇ ਜਾਂਦਾ ਘੋੜੀ ਤੇ ਸਵਾਰ ਹੈ, ਦੇਖੋ ਕਾਕਾ ਇੱਧਰ ਹੋ ਜਾ ਪੁੱਤ। ਹੱਟ ਵਿੱਚ ਹੀ ਆ ਜਾ ਆ ਜਾ ਲੈ ਲੈ ਲੱਗੇ ਆ ਜਿਉਣ ਸਿਆ, ਬਾ ਬਾ ਬੋਲ ਕੀ ਸੇਵਾ ਕਰਾਂ। ਹਾਂ ਓਏ ਸੇਵਾ ਸੁਭਾ ਤੇ ਫੇਰ ਹੀ ਦੱਸਾਂਗੇ, ਪਹਿਲਾਂ ਛੋਟਾ ਜਿਹਾ ਕੰਮ ਹੀ ਕਰਦੇ। ਮੈਂ ਕਿਹਾ ਬਾਦਸ਼ਾਹ ਹੋ ਹੋ ਹੁਕਮ ਤੇ ਕਰੋ। ਆ ਵੇਖੀ ਤਾਂ ਚਿੱਠੀ ਜੀ ਕਿੱਥੋਂ ਆਈ, ਲਿਆ ਸਰਦਾਰਾ ਸਾ ਸਾ ਸਾਦਾ ਪਤਾ ਤੇ ਫੇਰ ਤੋਂ ਪਹਿਲਾਂ ਤੇਰੀ ਓਏ ਉਹ ਚਿੱਠੀ ਸਾ
ਸਿੰਘ ਨੂੰ ਹੱਥ ਕਿਸ਼ਨੇ ਪਾਇਆ ਸਜਲਾ ਲੈ ਲਈ ਕਿਉਂੜਿਆ ਤੂੰ ਵੀ ਲਿਖਾਰੀ ਟੌਪ ਦਾ ਇੱਥੇ ਖੜ ਗਾਜਰਾ ਨਾਲ ਬਜਲਾ ਲੈ ਲਈ ਸੋਹਣਿਆ ਬਜਲਾ ਲੈ ਲਈ ਦੁਨੀਆ ਉਸਤੇ ਜਾਣਦਾ ਦੁਨੀਆ ਉਸਤੇ ਜਾਣਦਾ ਦੂਸਰੀ ਘਾਟ ਜਿਨਾ ਜਿਨਾ ਬਾਰ ਬੁਲਾਇਆ ਬਦਲਾ ਲੈ ਲਈ ਬਦਲਾ ਲੈ ਲਈ ਸੋਹਣਿਆ ਚਿੱਠੀ ਸੁਣ ਕੇ ਮਾਣੀ ਨੇ ਰਬਲ ਜੱਟ ਨੇ ਚੱਕ ਲਈ ਰਬਲ ਜੱਟ ਨੇ ਚੱਕ ਲਈ ਇੱਕ ਪਲ ਬਦਲਾ ਲੈ ਲਈ ਸੋਹਣਿਆ ਬਾਹਰ ਵੀ ਆਏਗਾ ਜਾਂ ਅੰਦਰੇ ਕੁੱਤੇ ਵਾਂਗੂ ਤੀਰਥ ਦੇ ਆਉਣ ਤੇ ਦੇ ਰਹੇ ਜਾਣੇ ਮਾਰ ਤੇ ਬਹੁਤ ਮਿਹਰਬਾਨੀ
ਵਿਆਹ 'ਚ ਜਿਹੜਾ ਮਾਲ ਪਾਦਾ ਉਹ 500 ਤੋਂ ਘੱਟ ਨਹੀਂ ਗੱਲ ਇਹ ਹੈ, ਚਾਹੇ ਇਹਨੇ ਮਾਲ ਪਾਇਆ ਜਾਂ ਨਹੀਂ, ਕੱਲ ਨੂੰ ਜਿੱਧਰ ਨੂੰ ਲੰਘੂਗਾ ਸਾਰੇ ਪੁੱਛਣਗੇ ਬਾਈ ਹੈਗੀ ਮਾੜੀ ਜੀ, ਪੁੱਛਣਗੇ ਜ਼ਰੂਰ, ਤਾਂ ਧਿਆਨ ਦਿਓ ਕੀ ਲਿਖਿਆ। ਉਮਾਰੀ ਖੋਲ ਕੇ ਸਾਰੇ ਇਲਾਕੇ ਦੀ ਵੱਡੀ ਫਰਮਾਇਸ਼, ਉਮਾਰੀ ਖੋਲ ਕੇ ਵਾਹਿਗੁਰੂ ਬੋਲ ਕੇ, ਖੋਲ ਕੇ ਵਾਹਿਗੁਰੂ ਬੋਲ ਕੇ ਸੀਨ ਹਮੇਸ਼ਾ ਫਿਰ ਵਾਲਾ ਨੇ ਦਸਵਾਂ ਕਮਾਈ ਵਿੱਚ ਕੱਟ ਕੇ, ਦਸਵਾਂ ਕਮਾਈ ਵਿੱਚ ਕੱਟ ਕੇ ਆਨੰਦਪੁਰ ਸਾਹਿਬ ਖੜੀ ਹੈ। ਇੱਕ ਖਾਸ ਫਰਮਾਇਸ਼ ਉਹ ਮੇਰੇ ਵੱਲੋਂ ਆ, ਜਿਵੇਂ ਕਹਿੰਦੇ ਨੇ ਨਵਾਂ ਨੌ ਦਿਨ ਤੇ ਪੁਰਾਣਾ ਸੌ ਦਿਨ, ਬੀਬੀ ਜੀ ਤੁਸੀਂ ਨਾਲ ਵੀ ਖੜ ਕੇ ਗਾਓ। ਬਹੁਤਾ ਬਿਨਾ ਹੱਸੋ ਇਹਨਾਂ ਨੇ ਸੌਣਾ ਨੀ ਤਿੰਨ ਰਾਤਾਂ, ਥੋੜਾ ਜਿਹਾ ਘੱਟ ਹੀ ਹੱਸੋ ਰੱਬ ਦਾ ਭਲਾ। ਸੁਣੇ ਤੇਰਾ ਇੱਕ ਕੋਈ ਜੋਗੀ ਪਿਆਸਾ, ਤੈਨੂੰ ਵੱਧ ਸੁਣਦਾ ਹੁਣ ਦੋ ਕੋਈ ਗੱਲਾਂ ਆ ਖਾਸ, ਪਹਿਲੀ ਸਤਿ ਸ੍ਰੀ ਅਕਾਲ ਜੀ ਆਇਆ। ਹੈਲੋ, ਬਹੁਤ ਮਹਾਨ ਸ਼ਖਸੀਅਤ ਚਿਹਰੇ ਤੋਂ ਪਤਾ ਲੱਗਦਾ ਚਾਹੇ ਨੌ ਦਾ ਨਹੀਂ, ਅਸੀਂ ਜੀਆਂ ਕਹਿੰਦੇ ਹਾਂ
ਇੱਦਾਂ ਦੇ ਲੋਕ ਕੌਮ ਦੇ ਪਿੱਲਰ ਹੁੰਦੇ ਆ। ਯੂ ਆਰ ਦ ਪਿੱਲਰ ਆਫ ਦ ਕੌਮ। ਜੋਗੀ ਨੂੰ ਥਿਆ ਲੱਗੀ ਆ ਤੀਰ ਸਾਹਿਬ ਗਲੀਆਂ ਚ ਫਿਰਦਾ, ਉਹ ਕੌਣ ਜੋਗੀ ਆ? ਰਾਂਝਾ। ਦੇਖੋ ਕਿਵੇਂ ਮੈਂ ਜ਼ੋਰ ਲਾਉਣਾ ਹੁਣ ਕਹਿੰਦਾ, ਇੱਕ ਜਗ੍ਹਾ ਜਾ ਕੇ ਅਲਖ ਜਗਾਉਂਦਾ, ਅਲਖ ਕੁੜੀ ਘੁੰਡ ਕੱਢ ਕੇ ਆਉਂਦੀ ਹੈ ਤੇ ਜਦੋਂ ਘੁੰਡ ਦੇ ਵਿੱਚ ਦੀ ਦੇਖਦੀ ਹੈ ਵੀ ਇਹ ਤਾਂ ਰਾਂਝਾ ਹੈ। ਘੁੰਡ ਕੱਢ ਕੇ ਖੈਰ ਨਾ ਪਾਈਏ ਪਾਈਏ, ਘੁੰਡ ਕੱਢ ਕੇ ਖੈਰ ਨਾ ਪਿਆਰ
ਕੱਟੇ ਹੋਏ ਸੋਹਣੀਆਂ ਨਾਰਾਂ ਦੇ ਪਿਆਰ ਦੇ ਉਹ ਸਰਦਾਰਾਂ ਦੇ ਮਜਾਰਾਂ ਦੇ ਸੋ ਮੈਂ ਕਿਤਾਬ ਮੋਦੀ ਸਾਹਿਬ ਕੋਈ ਜ਼ਰੂਰੀ ਨੋਟ ਕਰ ਰਹੇ ਨੇ ਬਈ ਟਾਈਮ ਨਹੀਂ ਤੀਰਥਾ ਸੀ ਦੇਖਿਆ ਡੇਢ ਘੰਟਾ ਸੀ ਪੰਜ ਮਿੰਟ ਦੋ ਦਸ ਮਿੰਟ ਘੱਟ ਪੰਜ ਹੀ ਵੱਜ ਗਏ ਸੋ ਮੈਂ ਭਾਣੂਕੀ ਜਾਣਾ ਇੱਕ ਜਗ੍ਹਾ ਜੀ ਉਸ ਤੋਂ ਬਾਅਦ ਰਾਤ ਨੂੰ ਆ ਜਾਇਓ ਜਲੰਧਰ ਗੱਡੀਆਂ ਲੈ ਆਇਓ ਤੇਲ ਉਹਦੇ 'ਚ ਜਿੰਨਾ ਪਊਗਾ ਉਹ ਆਪੇ ਪਵਾ ਦਿਓ ਕਿਉਂਕਿ ਮੈਂ ਕਰਦਾ ਉਹਨਾਂ ਸੱਚੀ ਗੱਲ ਹਾਂ ਮੈਂ ਤੁਹਾਡੇ ਪੈਰਾਂ 'ਚ ਹਵਾ ਭਰਵਾ ਦਿੰਦਾ ਜਿੰਨੇ ਜੁਗਾ ਹੈਗਾ ਮੈਂ ਆਹ ਲਓ ਜੀ ਲਓ ਜੀ ਤੁਹਾਡੇ ਹੀ ਨਗਰ ਦਾ ਬਹੁਤ ਹੀ ਸੂਝਵਾਨ ਮੁੰਡਾ ਕੁਲਵੰਤ ਭਾਜੀ ਆਇਓ ਹਲੋ ਜੰਗੀ ਤੁਸੀਂ ਵੀ ਆਇਓ ਜਿਹਨੇ ਕਿਤਾਬ ਦਾ ਨਾਂ ਰੱਖਿਆ ਜੀ ਅੱਧਾ ਮਾਸਟਰ ਕਿਆ ਬਾਤ ਹੈ ਸੁਖਵੀਰ ਸਿੱਧੂ ਬਾਈ ਨੂੰ ਮੈਂ ਬੇਨਤੀ ਕਰਾਂਗਾ ਤੇ ਛਿੰਦਾ ਜੀ ਸਭ ਤੋਂ ਪਹਿਲਾਂ ਉਹਦੇ ਨਾਲ ਸਰੂਪਾ ਪਾਰਕ ਦਾ ਸਨਮਾਨ ਕਰਨਗੇ ਤੇ ਨਾਲ ਦੀ ਨਾਲ ਇਹ ਕਿਤਾਬ ਲਿਖ ਕੀਤੀ ਜਾਏਗੀ ਤੇ ਆ ਜਾਓ ਮਹਾਰਾਸ਼ਟਰੀਆ ਜੀ ਥੋੜ੍ਹਾ ਜਿਹਾ ਆਹ ਟੱਚੀ ਬਰਿੰਗ ਕਰ ਲਓ ਹੈ ਨਾ ਇੱਕ ਵਾਰ ਤਾੜੀਆਂ ਲਾ ਦਿਓ ਜੋ ਤਾਂ ਹਾਂ ਬਈ ਫੋਟੋ ਖਿੱਚ ਲੈ ਸੋ ਪਰਮਾਤਮਾ ਦੇ ਚਰਨਾਂ 'ਚ ਦੁਆ ਕਰਦੇ ਹਾਂ ਕਿ ਐਨ ਆਰ ਆਈ ਵੀਰ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਅਤੇ ਇਸੇ ਤਰ੍ਹਾਂ ਹੀ ਆਹ ਕਿਤਾਬ ਲੈ ਲਓ ਹੱਥ 'ਚ ਇਹ ਦੇ ਦਿਓ ਤਾੜੀਆਂ ਬਈ ਜ਼ੋਰਦਾਰ ਤਾੜੀਆਂ ਕਿਤਾਬ ਅੱਧਾ ਮਾਸਟਰ ਜਿਹਦਾ ਲੇਖਕ ਹੈ ਸੁਖਵੀਰ ਵਾਹ ਔਰ ਪਰਮਾਤਮਾ ਕਰੇ ਦੀ ਕਲਮ ਜਿਹੜੀ ਹੈ ਚੜ੍ਹਦੀ ਕਲਾ 'ਚ ਰਹੇ ਹਮੇਸ਼ਾ ਵਾਸਤੇ ਤੋ ਪੜ੍ਹ ਕੇ ਸ਼ਿੰਦਾ ਜੀ ਕੁਛ ਪੁੱਛੀਏ ਜੋ ਦੇਖੋ ਜੋ ਵਧੀਆ ਲੱਗਿਆ ਕਰਨਗੇ ਤੋ ਮੈਂ ਸਾਰੀਆਂ ਮਹਾਨ ਹਸਤੀਆਂ ਦਾ ਸਾਰਿਆਂ ਦਾ ਤਹਿ ਤੋਂ ਸ਼ੁਕਰ ਅਦਾ ਕਰਦਾ ਜੀ ਅਤੇ ਫਿਰ ਮਿਲਣ ਦਾ ਵਾਅਦਾ ਕਰਦਾ ਜੀ ਪਰਮਾਤਮਾ ਕਰੇ ਇਹ ਮੇਲਾ ਤੀਰਥ ਭਾਜੀ ਸੁੰਦਰ ਭਾਜੀ ਥੈਂਕ ਯੂ ਤੁਹਾਡਾ ਥੈਂਕ ਯੂ ਸਾਰਿਆਂ ਦਾ ਅਤੇ ਫਿਰ ਮਿਲਾਂਗੇ ਰੱਬ ਰੱਖਾ ਥੈਂਕ ਯੂ ਜੀ ਕਹਿੰਦੇ ਨੇ ਫਿਰ ਮਿਲਣ ਦਾ ਵਾਅਦਾ ਕੀਤਾ ਯਾਦਾਂ ਦੇ ਵਿੱਚ ਖੋ ਜਾਵੇ ਨਾ ਆਉਂਦੇ ਜਾਂਦੇ ਮਿਲਦੇ ਰਹੋ ਕਿਤੇ ਰੀਤ ਪੁਰਾਣੀ ਹੋ ਜਾਵੇ ਨੇ ਇਹ ਰੀਤ ਪੁਰਾਣੀ ਨਹੀਂ ਕਰਨੀ ਆਪਾਂ ਨੇ ਆਉਂਦੇ ਜਾਂਦੇ ਮਿਲਦੇ ਰਿਹਾ ਕਰਨਾ ਇੱਕ ਦੂਜੇ ਨਾਲ ਸੋ ਰੀਤ ਭਾਜੀ ਆ ਜਾਓਗੇ ਸਰ ਇੰਸਪੈਕਟਰ ਸਾਹਿਬ ਜੋ ਕਿ ਆਪਣੀ ਡਿਊਟੀ ਤੋਂ ਅਜੇ ਇਸ ਗਰਾਊਂਡ ਦੇ ਚਾਰਜਰ ਲਾਏ ਨੇ ਇੱਕ ਵਾਰ ਜੋਰ ਦਾ ਤਾੜੀਆਂ ਵਾਸਤੇ ਮੈਂ ਸ਼ਿੰਦਾ ਜੀ ਵੱਲੋਂ ਤੁਹਾਡਾ ਥੈਂਕ ਯੂ ਕਰਦਾ ਜੀ ਸ਼ੁਕਰੀਆ ਅਦਾ ਕਰਦਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਏ ਵਨ ਸਾਊਂਡ
ਥੈਂਕ ਯੂ ਵੀਰੇ, ਥੈਂਕ ਯੂ, ਬਹੁਤ ਵਧੀਆ।